ਪਰ ਹੋ ਗਈ ਹੈ ਭੱਜ ਗਈ ਹੈ ਤੋਂ ਤੇ ਜੇ ਸਾਡੇ ਕਵਰੇਜ ਫਿਰ ਵੀ ਵੱਧ ਜੇ ਉਹ ਤਾਂ ਆਪਾਂ ਹੀ ਕੋਈ ਸੁਣੀ ਹੁਆ ਨਹੀਂ ਕਰਦੇ ਹੋ ਅੱਗੇ ਤੋਂ ਸੱਪਾਂ ਨੂੰ ਮਾਰਨਾ ਨਹੀਂ ਠੀਕ ਹੈ ਜੀ ਤਾਂ ਜਿਹੜਾ ਸੱਪ ਹੈਗਾ ਉਹ ਬਹੁਤ ਸੋਹਣੀ ਇੱਕ ਕ੍ਰੀਏਸ਼ਨ ਬਣਾਈ ਹੈ ਬਹੁਤ ਸੋਹਣਾ ਜੀਵ ਬਣਾਇਆ ਹੈ ਇਹ ਸਾਡੇ ਬਹੁਤ ਕੰਮ ਆਉਂਦਾ ਹੈ ਸਾਨੂੰ ਬਹੁਤ ਸਾਰੇ ਫਾਇਦੇ ਦਿੰਦਾ ਹੈ ਕੀ ਫਾਇਦੇ ਹੁੰਦੇ ਹੈਗੇ ਸਭ ਤੋਂ ਪਹਿਲੀ ਚੀਜ਼ ਕੀ ਹੈਗੀ ਲਾਈਫ ਸਾਈਕਲ ਨੂੰ ਮੇਨਟੇਨ ਰੱਖਦਾ ਹੈ ਲਾਈਫ ਸਾਈਕਲ ਪਤਾ ਕੀ ਹੁੰਦਾ ਲਾਈਫ ਬੜਿਆ ਹੋਊਗਾ ਜਿਹੜਾ ਸਾਡਾ ਅਨਾਜ ਹੈ ਅਨਾਜ ਨੂੰ ਚੂਹੇ ਖਾਂਦੇ ਹੈ ਚੂਹੇ ਐਡ ਹੋ ਕੇ ਸੱਪ ਖਾਂਦੇ ਹੈ ਸੱਪ ਨੂੰ ਬਾਜ ਪੈਂਦਾ ਹੈ ਬਾਜ ਨੂੰ ਠੀਕ ਹੈ ਲਾਈਫ ਸਾਈਕਲ ਬੜਿਆ ਨਾ ਅੰਡੇ ਹੋ ਕੇ ਆਇਆ ਹੋਊਗਾ ਤਾਂ ਸਾਡੇ ਲਾਈਫ ਸਾਈਕਲ ਨੂੰ ਮੇਨਟੇਨ ਰੱਖਦਾ ਹੈ ਜੇ ਅਸੀਂ ਕੋਈ ਵੀ ਇੱਕ ਚੀਜ਼ ਬਚਾਲਣੀ ਮਾਰ ਦਾਂਗੇ ਤਾਂ ਲਾਈਫ ਸਾਈਕਲ ਟੁੱਟ ਜਾਊਗਾ ਦੂਜਾ ਕੀ ਫਾਇਦਾ ਕਰਦਾ ਇਹ ਖੇਤਾਂ ਦੇ ਵਿੱਚ ਅਸੀਂ ਫਸਲਾਂ ਉਗਾਉਂਦੇ ਹੈਗੇ ਜਾਂ ਸਾਡੇ ਘਰਾਂ ਦੇ ਅਨਾਜ ਪਿਆ ਹੁੰਦਾ ਅਨਾਜ ਨੂੰ ਖਾਣ ਲਈ ਚੂਹੇ ਛਿੱਕੜੀਆਂ ਡੱਡੂ ਕਾਫੀ ਸਾਰੇ ਜਾਨਵਰ ਸਾਡੇ ਘਰਾਂ ਦੇ ਵਿੱਚ ਐਂਟਰ ਹੋ ਜਾਂਦੇ ਨੇ ਉਹ ਅਨਾਜ ਨੂੰ ਖਾ ਕੇ ਉਹਨੂੰ ਖਰਾਬ ਕਰਦੇ ਨੇ ਅਤੇ ਉਹਨਾਂ ਤੋਂ ਆਉਣ ਵਾਲੀਆਂ ਜਿਹੜੀਆਂ ਬਿਮਾਰੀਆਂ ਸਾਡੇ ਅੰਦਰ ਜਾਂਦੀਆਂ ਅਸੀਂ ਵੀ ਬਿਮਾਰ ਤਾਂ ਸੱਪ ਸਾਨੂੰ ਉਹਨਾਂ ਇਨਫੈਕਸ਼ਨ ਤੋਂ ਬਚਾਉਂਦਾ ਉਹਨਾਂ ਨੂੰ ਚੂਹੇ ਡੱਡੂ ਛਿੱਕੜੀ ਜੋ ਵੀ ਜਾਨਵਰ ਸਾਡੇ ਅਨਾਜ ਦੇ ਉੱਪਰ ਆਉਂਦੇ ਹਨ ਉਹ ਸਾਰਿਆਂ ਨੂੰ ਉਹ ਖਾ ਜਾਂਦੇ ਤਾਂ ਸੱਪ ਸਾਡੇ ਲਈ ਬਹੁਤ ਫਾਇਦੇਮੰਦ ਲੋੜ ਹੈ ਸਾਨੂੰ ਸੱਪ ਨੂੰ ਪਹਿਚਾਨਣ ਦੀ ਸੱਪ ਦੀ ਸ਼ਕਲ ਸੱਪ ਦਾ ਰੰਗ ਰੂਪ ਡਿਜ਼ਾਈਨ ਇਹ ਸਾਰਾ ਕੁਝ ਦੇਖਦੇ ਹੋਏ ਜੇ ਅਸੀਂ ਸੱਪ ਦੀ ਪਹਿਚਾਣ ਕਰ ਲਈਏ ਤਾਂ ਪਤਾ ਲੱਗ ਜਾਊਗਾ ਕਿ ਕਿਹੜਾ ਸੱਪ ਜ਼ਹਿਰ ਵਾਲਾ ਹੈ ਔਰ ਕਿਹੜਾ ਬਿਨਾਂ ਠੀਕ ਹੈ ਅੱਜ ਮੈਂ ਤੁਹਾਨੂੰ ਪਹਿਚਾਣ ਕਰਵਾਉਣ ਲਈ ਆਇਆ ਕਿ ਕਿਹੜਾ ਸੱਪ ਜ਼ਹਿਰ ਦਾ ਹੈ ਔਰ ਕਿਹੜਾ ਬਿਨਾਂ ਜਿਹੜੇ ਬਿਨਾਂ ਜ਼ਹਿਰ ਤੋਂ ਹੈ ਇੱਕ ਸਿੰਪਲ ਜੀ ਪਹਿਚਾਣ ਹੈ ਕਿ ਜਿਹੜੇ ਸੱਪ ਦੇ ਵਿੱਚ ਜ਼ਹਿਰ ਹੋਊਗਾ ਉਹ ਸਾਡੇ ਸਾਹਮਣੇ ਅੜ ਜਾਊਗਾ ਔਰ ਜਿਹਦੇ ਵਿੱਚ ਜ਼ਹਿਰ ਨਹੀਂ ਹੋਊਗੀ ਬਿਨਾਂ ਜ਼ਹਿਰ ਤੋਂ ਹੋਊਗਾ ਉਹ ਚੁੱਪ ਚਾਪ ਅਸੀਂ ਜਦੋਂ ਵੀ ਉਹਦੇ ਵੱਲ ਨੂੰ ਜਾਵਾਂਗੇ ਉਹ ਸਾਡੇ ਤੋਂ ਦੂਰ ਹੋ ਜਾਊਗਾ ਹੁਣ ਜੇ ਮੰਨ ਲਓ ਤੁਹਾਡੇ ਜਵਾਕਾਂ ਦੇ ਵਿੱਚ ਹੋਣਾ ਦੋ ਤਿੰਨ ਮੁੰਡੇ ਲੜ ਪੈਂਦੇ ਹੋਗੇ ਜਿਹੜਾ ਤਗੜਾ ਹੁੰਦਾ ਉਹ ਕਹਿਣ ਦਾ ਵੀ ਲੈ ਲਾ ਹੱਥ ਸਹੀ ਹੁੰਦਾ ਅਤੇ ਜੇ ਮਾੜਾ ਹੁੰਦਾ ਤਾਂ ਉਹ ਕਹਿਣ ਦਾ ਵੀ ਚੱਲ ਠੀਕ ਹੈ ਗਾਲ ਜੀ ਕੱਢ ਕੇ ਮੂੰਹ ਦੇ ਵਿੱਚ ਮੁੰਡੀ ਕਰਕੇ ਚੱਲਦਾ ਤਾਂ ਸੱਪਾਂ ਦਾ ਵੀ ਉਹੀ ਹਿਸਾਬ ਜਿਹੜੇ ਸੱਪ ਦੇ ਵਿੱਚ ਜ਼ਹਿਰ ਹੋਊਗੀ ਉਹ ਤੁਹਾਡੇ ਸਾਹਮਣੇ ਫੜ ਜੂਗਾ ਜਿਵੇਂ ਕੋਬਰਾ ਹੁੰਦਾ ਹੋਇਆ ਫੜ ਚੱਕ ਕੇ ਬੈਠ ਜਾਊਗਾ ਹੁੰਦਾ ਨਾ ਅਤੇ ਜਿਹੜਾ ਕੋਈ ਬਿਨਾਂ ਜ਼ਹਿਰ ਤੋਂ ਹੁੰਦਾ ਉਹ ਭੱਜ ਜੇ ਮੈਨੂੰ ਮਾਰ ਸੋ ਆ ਜਿਹੜਾ ਚਾਰਟ ਲੱਗਿਆ ਹੋਇਆ ਇਹਦੇ ਵਿੱਚ ਉੱਪਰ ਲਿਖਿਆ ਦੱਬੇ ਖੋਲ ਚਾਰ ਸਾਡੇ ਸੱਪ ਇੱਦਾਂ ਦੇ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਸਭ ਤੋਂ ਖਤਰਨਾਕ ਸੀ ਸਭ ਤੋਂ ਜ਼ਹਿਰੀਲੇ ਸੱਪ ਉਹਨਾਂ ਦੇ ਵਿੱਚ ਨੰਬਰ 1 ਦੇ ਉੱਤੇ ਆਉਂਦਾ ਸਪੈਕਟੇਕਲ ਕੋਬਰਾ ਸਾਰਿਆਂ ਨੇ ਦੇਖਿਆ ਹੋਊਗਾ ਹੁੰਡਾ ਵਾਲਾ ਹੁੰਦਾ ਇਹਦੇ ਕੋਬਰਾ ਜਿਹੜੀ ਆ ਹੁੰਡ ਹੁੰਦੀ ਹੈ ਇਹਦੇ ਉੱਪਰ ਬਹੁਕੁਲ ਬਣੀ ਹੁੰਦੀ ਹੈ ਦੇਖੀਏ ਪਿਛਲੇ ਪਾਸੇ ਜਾਂ ਜਿਵੇਂ ਸਾਡੀਆਂ ਐਂਟਾਂ ਹੁੰਦੀਆਂ ਐਂਟਾਂ ਦਾ ਨਿਸ਼ਾਨ ਹੁੰਦਾ ਉਹਨੂੰ ਕੀ ਕਹਿੰਦੇ ਆ ਸਪੈਕਟੇਕਲ ਕੋਬਰਾ ਐਂਟਾਂ ਦਾ ਐਂਟਾਂ ਨੂੰ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਆ ਸਪੈਕਸ ਸਪੈਕਸ ਤੋਂ ਸਪੈਕਟੇਕਲ ਕੋਬਰਾ ਬਣੀ ਸਮਝ ਗਏ ਦੂਜੇ ਨੰਬਰ ਦੇ ਉੱਤੇ ਆ ਗਿਆ ਕਾਮਨ ਥਰੇਡ ਕਾਮਨ ਥਰੇਡ ਹੈ ਜਿਹੜਾ ਇੰਡੀਆ ਦਾ ਸਭ ਤੋਂ ਜ਼ਹਿਰੀਲਾ ਸੱਪ ਔਰ ਇਹ ਸਾਡੇ ਬਠਿੰਡੇ ਦੇ ਵਿੱਚ ਪਾਇਆ ਜਾਂਦਾ ਟੋਟਲੀ ਬਲੈਕ ਕਲਰ ਦਾ ਹੁੰਦਾ ਚਿੱਟੇ ਰੰਗ ਦੀਆਂ ਉੱਪਰ ਧਾਰੀਆਂ ਹੁੰਦੀਆਂ ਇਹਨੂੰ ਸਾਇਲੈਂਟ ਕਿਲਰ ਕਿਹਾ ਜਾਂਦਾ ਕਿਉਂ ਕਹਿੰਦੇ ਹੈ ਕਿਉਂਕਿ ਇਹ ਸੱਪ ਸਾਡੇ ਬਿਸਤਰੇ ਦੇ ਵਿੱਚ ਆ ਕੇ ਨਾਲ ਸੁਣ ਪਿੰਡਾਂ ਦੇ ਵਿੱਚ ਲੋਕ ਕੀ ਕਰਦੇ ਆ ਕੁੰਜੇ ਸੁਣਦੇ ਜ਼ਿਆਦਾਤਰ ਹੈ ਨਾ ਤਾਂ ਜਦੋਂ ਫਰਸ਼ ਦੇ ਉੱਪਰ ਸੌਂਦੇ ਨੇ ਬਿਸਤਰਾ ਕਾਰਨ ਜਿਹੜੇ ਹੈਗੇ ਕੰਬਲ ਜਾਂ ਕੇਸ ਲੈ ਰਿਹਾ ਆਪਦਾ ਤਾਂ ਇਹ ਸੱਪ ਨੂੰ ਜਦੋਂ ਠੰਡ ਲੱਗਦੀ ਹੈਗੀ ਕਿਉਂਕਿ ਰਾਤਾਂ ਨੂੰ ਠੰਡ ਹੋ ਜਾਂਦੀ ਹੈ ਤਾਂ ਠੰਡ ਲੱਗਦੀ ਹੈ ਤਾਂ ਇਹ ਨਿੱਘ ਲੈਣ ਵਾਸਤੇ ਸਾਡੇ ਬਿਸਤਰੇ ਦੇ ਵਿੱਚ ਵੜ ਜਾਂਦਾ ਸਾਡੇ ਨਾਲ ਸੌ ਜਾਂਦਾ ਅੱਗੇ ਜਦੋਂ ਅਸੀਂ ਪਾਸਾ ਲੈਂਦੇ ਹਾਂ ਇਹਦੇ ਸੱਪ ਦੇ ਕੋਈ ਸਾਡਾ ਹੱਥ ਪੈਰ ਲੱਗ ਜਾਂਦਾ ਤਾਂ ਇਹ ਨਾਲ ਦੀ ਨਾਲ ਬਾਈਟ ਕਰਦਾ ਬਾਈਟ ਕਰਕੇ ਚੁੱਪ ਚਾਪ ਉੱਥੋਂ ਫੇਰ ਨਿਕਲ ਜਾਂਦਾ ਗਾਇਬ ਹੋ ਜਾਂਦਾ ਇਹਦੇ ਬਾਈਟ ਕਰਦੇ ਦਾ ਕੋਈ ਦਰਦ ਨਹੀਂ ਹੁੰਦਾ ਔਰ ਬਾਈਟ ਦਾ ਕੋਈ ਨਿਸ਼ਾਨ ਨਹੀਂ ਸਿਰਫ ਦਰਦ ਉਨਾ ਕੁ ਹੁੰਦਾ ਜਿੰਨਾ ਕੁ ਆਪਣੇ ਮੱਛਰ ਲੜ ਤਾਂ ਰਾਤ ਨੂੰ ਅਸੀਂ ਸੋਚਦੇ ਮੱਛਰ ਲੜਿਆ ਬਣੇਗਾ ਅਸੀਂ ਬੜੀ ਖਾਸ ਕਰਦੇ ਹਾਂ ਅਤੇ ਦੌਰਾ ਸੌ ਜਾਂਦੇ ਸੌਣ ਤੋਂ ਬਾਅਦ ਉਹਦਾ ਜ਼ਹਿਰ ਫੈਲਣਾ ਸ਼ੁਰੂ ਹੋ ਜਾਂਦਾ ਔਰ ਅੱਧੇ ਘੰਟੇ ਬਾਅਦ ਮੌਤ ਹੋ ਜਾਂਦੀ ਕਈ ਥਾਵਾਂ ਦੇ ਉੱਤੇ ਇਸ ਚੀਜ਼ ਨੂੰ ਕਿਹਾ ਜਾਂਦਾ ਕਿ ਰਾਤ ਨੂੰ ਬੰਦੇ ਨੂੰ ਸਾਇਲੈਂਟ ਅਟੈਕ ਆ ਗਿਆ ਜਾਂ ਹਾਰਟ ਅਟੈਕ ਆ ਗਿਆ ਬੰਦਾ ਸੁੱਤਾ ਹੀ ਰਹਿ ਗਿਆ ਇੱਦਾਂ ਦੀ ਆਪਾਂ ਗੱਲਾਂ ਸੁਣਦੇ ਹਾਂ ਉਹਨਾਂ ਦੇ ਵਿੱਚ 50% ਚਾਂਸਿਸ ਇਹ ਨੇ ਕਿ ਉਹਨਾਂ ਦੇ ਸੱਪ ਲੜ ਕਿਉਂਕਿ ਇਹਦੇ ਸੱਪ ਲੜੇ ਦਾ ਕੋਈ ਨਿਸ਼ਾਨ ਨਹੀਂ ਹੈਗਾ ਡਾਕਟਰ ਵੀ ਨਹੀਂ ਦੱਸ ਸਕਦਾ ਕਿ ਇਹ ਸੱਪ ਲੜਿਆ ਕਿਉਂਕਿ ਅਸੀਂ ਕਿਹੜਾ ਕੋਈ ਪੋਸਟਮਾਰਟਮ ਕਰਵਾਉਂਦੇ ਹੈਗੇ ਅਗਰ ਕੋਈ ਦਬ ਮਰ ਜਾਂਦਾ ਹੈਗਾ ਉਹਨੂੰ ਜਾ ਕੇ ਪੁੱਛ ਠੀਕ ਹੈ ਜੀ ਥਰਡ ਨੰਬਰ ਦੇ ਉੱਪਰ ਆ ਗਿਆ ਰਸਲਸ ਵਾਈਪਰ ਰਸਲਸ ਵਾਈਪਰ ਜਿਹੜਾ ਸੱਪ ਹੈਗਾ ਇਹ ਮਿੱਟੀ ਰੰਗ ਦਾ ਸੱਪ ਹੁੰਦਾ ਇਹਦੇ ਉੱਪਰ ਔਰੇਂਜ ਜਾਂ ਬਲੈਕ ਕਲਰ ਦੀਆਂ
गोल गोल अंडाकार शेप के चक्कर बने हुए थे, दिख रहे हैं सारे ये सब बड़ा खतरनाक है। ये अपने नहीं पाया जाता, जो बॉर्डर एरियाज ने जलालाबाद हो गया, फाजिलका हो गया, पाकिस्तान के एरिया हो गए, उधरले पासे बहुत पाया जाता है, राजस्थान के बहुत पाएगा, महाराष्ट्र नीचे साउथ वाल जावे उधर पहुंच गए। उस तो बाद आ गया नेक्स्ट सॉफ्ट स्केल वाइपर, जिन्ने अख झपकते हैं ओनी देर च बाइट करके वापस मुड़ जाता है, इना तेज है सॉफ्ट स्केल। तो हमने चार तरह के थोड़ा सप दसे है जो इंडिया के सब तो खतरनाक सप ने, इन्हों बिग फोर स्नेक्स कहते हैं, एक फैमिली है बिग फोर, उन्होंने ये चार मैंबर ने और चारों टॉप पे, ठीक है जी। उस तो बाद बठिंडे के अपने को स्पैक्टिकल कोबरा है, कॉमन करेट है, ये दो सप बठिंडे के सू जहर वाले पाए जाते हैं, तकरीबन हर घर के है। उस तो बाद जिन्हें भी सप ने सारे बने हुए हैं, ये सारे सप बिना जनक, ठीक है। अज थोड़ू सिर्फ पहचान करवानी है कि केड़ा सप जहर वाला है और केड़ा बिना जहर, ताकि कल को बाई चांस रब ना करे फिर भी आ जाता है कहीं थोड़े घर दुकान कितने भी खेत के लिए, जब तुम तुरे करते हो किसी पार्क में घूमन गए हो उतने थोड़ा कोई सप मिल जाता है, तो तुम उसकी पहचान कर सको कि यह जहर वाला है या बिना जहर वाला, उदा का असं उसको बचा कर सकते। जिन्हें जॉकर्स पार्क जाते हैं, जॉकर्स पार्क के भी बहुत सप ने, तीन चार सप मैं खुद फट चुके उस जॉकर्स पार्क। सो पहला आ गया जी अपने को जरा बिना जहर तो सप है कॉमन वुड स्नेक, तो दूजा है ग्लॉसी बैलेट रेसर स्नेक। ये दो सप इदा के सप ने गए जिन्हों के घर के हरियाली है, पेड़ पौधे है, दरख्त ने, थोड़ी मोटी हरियाली है, पक्का आख रखा होगा, उत्थे उस घर के दो सप पाए जाते हैं, हरेक के घर के है ये सप। सिर्फ ये है कि सानू निगाह से नहीं आते, जिस दिन निगाह से आ गए उस दिन सानू पता लग जाए साडे घरे सप है, उदा सानू पता नहीं लगता, होंगे हरेक के घर द कॉमन वुल्फ स्नेक। यह एक प्रॉपर शेड के होंगे, ब्राउन शेड के पीले रंग धारियां, दूजा सप है ग्लॉसी बैलेट रेसर स्नेक, यह सप मिट्टी रंगा होगा, जिस रंग के शर्ट्स पाई हुई ने, आ मुंडा बैठा जो अपनी शर्ट पाई है हल्की जी लाइट जल, इस रंग के होंगे सप, ये उपर काले रंग धारियां बनिया होंगे, छोटे छोटे चैक्स बने होंगे, यू कहते ग्लॉसी बैलेट। यह दोनों स्नेक भजन च बहुत तेज होंगे, बहुत फुर्तीले होंगे, दीवार के उपर सीधा चढ़ जाते हैं और बाइट करन च भी बहुत तेज होंगे, एक मिनट के भी तो पच्ची बारी बाइट कर एने फुर्तीले दिखाऊंगा, तो थोड़ू है जेब पाई करना सब दिखा। उस तो बाद आ जाते जी दो सप है जेडे साडे कोले रेड सैंड बोआ ते कॉमन सैंड बोआ, यह दो जेडे सप ने गे सैंड बोआ, बोआ प्रजाति केड़ी हुंदी है बोआ फैमिली, जिन्हां दे विच अजगर भी आउंदे है, एनाकोंडास भी आउंदे है, ते साडे जो बठिंडे दे विच पाए जांदे ने इह ओह दो सप ने रेड सैंड बोआ ते कॉमन सैंड बोआ, जिन्हों असीं पिंडां दे विच जां नॉर्मल एक साडी आपदी भाषा दी दमूनी कह दिंदे, सुणिया दमूनी, लोग कहिंदे दो मूंह हुंदे उहनां दे, कोई भी एह जा जानवर नहीं है जिसे दो मूह हो, दो मूह हो सकते हैं इको पासे हो, पर यह नहीं है एक पूछ वाले पासे मूह होगा एक मूह वाले पासे, ये नहीं हो सकता, असीं कुदरत नूं बदल नहीं सकते, ठीक है। दो मूह कट्ठे इको पासे हो सकते हैं पर उसके मूह एक जी नहीं, दमू ही कहते क्यों है क्योंकि एना मूह ते पूछ दोने बिल्कुल सेम होंगे डिटो होंगे एको ना होंगे बिल्कुल, उस करके इन्हों दमू ही कहना। असी सप्पां ज़्यादा नज़दीक होकर नेड़े होकर जिवें मेरे को बैठा होगा, असी इन्ना नेड़े होकर कदे सप्पां देख लें, असं दूर होकर देखते हैं 5-7 फुट तो दूरी तो देख लेते हैं, सानू लगता है जी पूछ ते मूह एको जी, तो सानू लगता है कि दो मूह है, जे सप्प होंगे ने अगे नूं भी भज लैंदे और पिछे नूं भी भज लैंदे, जब उन्हां नूं खतरा महसूस होंदा अगे नूं मान लो जा रहे हैं उत्थे कोई खतरा आ गया, जां असीं जा के उस नूं फड़ के उहदे मूहरे, तां उह उसे वक्त पिछे नूं मुड़ जाऊगा,
ਤਾਂ ਅਸੀਂ ਕਹਿ ਦਿੰਦੇ ਹਾਂਗੇ ਕਿ ਉਹਦੇ ਦੂਜੇ ਪਾਸੇ ਪਿੱਛੇ ਮੂੰਹ ਹੁੰਦਾ ਹੈ ਜੀ, ਉਹ ਉੱਧਰ ਤੋਂ ਭੱਜ, ਠੀਕ ਹੈ। ਉਸ ਤੋਂ ਬਾਅਦ ਆ ਗਿਆ ਕੁਕਰੀ ਸਨੇਕ, ਕੋਮਨ ਕੁਕਰੀ। ਇਹ ਜਿਹੜਾ ਕੁਕਰੀ ਸਭ ਤੋਂ ਹੁੰਦਾ ਬਹੁਤ ਸੋਹਣਾ ਹੁੰਦਾ ਹੈਗਾ, ਮਿੱਟੀ ਰੰਗ ਦੇ ਵਿੱਚ, ਜਾਂ ਅੱਜ ਤੁਹਾਡੀਆਂ ਕੁੜੀਆਂ ਦੀਆਂ ਚੁੰਨੀਆਂ ਨੇਗੀਆਂ ਜਾਂ ਤੁਹਾਡੇ ਸ਼ਰਟਸ ਹੋਣਗੀਆਂ, ਇਹ ਦੋ ਰੰਗਾਂ ਦੇ ਵਿੱਚ ਆਉਂਦਾ ਹੈਗਾ। ਇਹਦੇ ਉੱਪਰ ਇਹਦੇ ਸਿਰ ਦੇ ਉੱਪਰ ਵੀ ਬਣੀ ਹੁੰਦੀ ਹੈ ਵੀ ਬਲੈਕ ਕਲਰ ਦੇ ਵਿੱਚ, ਇੱਥੇ ਵੀ ਸ਼ਾਇਦ ਤੁਹਾਨੂੰ ਦਿਖ ਰਹੀ ਹੋਊਗਾ। ਬੜਾ ਸ਼ਾਂਤ ਸੁਭਾਅ ਦਾ ਸਭ ਹੈ, ਇਹਨੂੰ ਜਿਵੇਂ ਮਰਜ਼ੀ ਆਏ ਹੱਥ ਖੇਡ ਸਕਦੇ ਹੋ ਤੁਸੀਂ, ਪਰ ਖੇਡਣਾ ਨਹੀਂ। ਤਾਂ ਇਹ ਬੜਾ ਸ਼ਾਂਤ ਸੁਭਾਅ ਦਾ ਸੱਪ ਹੁੰਦਾ, ਬਹੁਤ ਘੱਟ ਬਾਈਟ ਕਰਦਾ, ਬਹੁਤ ਘੱਟ। ਅਗਰ ਇਸ ਨੂੰ ਮਹਿਸੂਸ ਹੁੰਦਾ ਕਿ ਇਹਨੂੰ ਖਤਰਾ ਹੈਗਾ ਜਾਂ ਅਸੀਂ ਇਹਨੂੰ ਮਾਰ ਦਾਂਗੇ, ਤਾਂ ਇਹ ਬਾਈਟ ਕਰਦਾ, ਨਹੀਂ ਤਾਂ ਬਾਈਟ ਨਹੀਂ ਕਰਦਾ। ਉਸ ਤੋਂ ਬਾਅਦ ਆ ਜਾਂਦਾ ਇੰਡੀਅਨ ਰੈੱਡ ਸਨੇਕ, ਜਿਹਨੂੰ ਧਾਵਣ ਕਹਿੰਦੇ ਆ ਜਾਂ ਘੋੜਾ ਪਛਾੜ ਕਹਿ ਦਿੰਦੇ ਨੇ। ਦੇਖੇ ਬੜੇ ਲੰਬੇ ਲੰਬੇ ਮੋਟੇ ਸੱਪ ਹੁੰਦੇ ਨੇ, ਇੰਨੇ ਮੋਟੇ ਹੋ ਜਾਂਦੇ ਨੇ ਸੱਪ, ਔਰ ਲੰਬਾਈ ਹੈ ਜਿਹੜੀ ਉਹ 7 ਫੁੱਟ ਤੋਂ ਲੈ ਕੇ 10 ਫੁੱਟ ਤੱਕ ਹੋ ਜਾਂਦੇ ਨੇ। ਨਾ ਪੁੱਤਰ ਚੌੜਨਾ ਤਾਂ ਬੜੇ ਲੰਬੇ ਲੰਬੇ ਇਹ ਮੋਟੇ ਸੱਪ ਹੁੰਦੇ, ਇਹ ਸਾਡੇ ਖੇਤਾਂ ਦੇ ਵਿੱਚ ਰਹਿੰਦੇ ਨੇ, ਖੇਤਾਂ ਦੇ ਵਿੱਚ ਕਿਉਂ ਰਹਿੰਦੇ ਨੇ, ਤਾਂ ਕਿ ਜਿਹੜੀਆਂ ਸਾਡੀਆਂ ਫਸਲਾਂ ਹੁੰਦੀਆਂ ਉਹਨਾਂ ਨੂੰ ਚੂਹੇ ਖਾਂਦੇ ਆ ਕੇ। ਇਹਦੇ ਨਾਮ ਤੋਂ ਪਤਾ ਲੱਗਦਾ ਇੰਡੀਅਨ ਰੈੱਡ ਸਨੇਕ, ਰੈੱਡ ਸਨੇਕ ਦਾ ਮਤਲਬ ਚੂਹੇ ਖਾਣ ਵਾਲਾ ਸੱਪ। ਇਹਦਾ ਜਿਹੜਾ ਫੇਵਰੇਟ ਖਾਣਾ ਹੈ ਉਹ ਹੈਗਾ ਚੂਹੇ ਦਾ, ਤਾਂ ਚੂਹੇ ਨੂੰ ਖਾ ਕੇ ਸਾਡੀਆਂ ਫਸਲਾਂ ਨੂੰ ਬਚਾਉਂਦੇ। ਪਰ ਅਸੀਂ ਕੀ ਦੇਖਦੇ ਹਾਂ ਜਾਂ ਕਿਸਾਨ ਕੀ ਦੇਖਦੇ ਨੇਗੇ, ਇਹ ਕਿਸਾਨ ਮਿੱਤਰ ਹੈ ਸੱਪ, ਤਾਂ ਉਹ ਕੀ ਦੇਖਦੇ ਨੇ ਕਿ ਬਹੁਤ ਲੰਬਾ ਅਤੇ ਮੋਟਾ ਸੱਪ ਹੈਗਾ। ਜੇ ਲੜਕਿਆਂ ਦਾ ਸਿਰਫ ਇੰਨੀ ਗੱਲ ਨੂੰ ਸੋਚ ਕੇ ਉਹ ਸੱਪ ਨੂੰ ਮਾਰ, ਜਦਕਿ ਇਸ ਸੱਪ ਦੇ ਵਿੱਚ ਜ਼ਹਿਰ ਨਹੀਂ ਹੁੰਦੀ, ਬਿਲਕੁਲ ਵੀ ਬਿਨਾਂ ਜ਼ਹਿਰ ਤੋਂ ਹੁੰਦਾ, ਔਰ ਬਹੁਤ ਸ਼ਾਂਤ ਸੁਭਾਅ ਦਾ ਹੁੰਦਾ। ਉਹਨੂੰ ਮੈਂ ਸਟਾਰਟਿੰਗ 'ਚ ਇੱਕ ਗੱਲ ਦੱਸੀ ਸੀ, ਉਹਨੂੰ ਸਟਾਰਟਿੰਗ 'ਚ ਇੱਕ ਗੱਲ ਦੱਸੀ ਸੀਗੀ ਕਿ ਜਿਹੜਾ ਸੱਪ ਬਿਨਾਂ ਜ਼ਹਿਰ ਤੋਂ ਹੋਊਗਾ ਉਹ ਤੁਹਾਡੇ ਤੋਂ ਦੂਰ ਭੱਜੂਗਾ, ਸਹੀ ਸੀ ਨਾ। ਇਹ ਜਿਹੜਾ ਰੈੱਡ ਸਨੇਕ ਹੈ ਭੱਜਣ ਦੇ ਵਿੱਚ ਬਹੁਤ ਤੇਜ਼ ਹੁੰਦਾ, ਕਿਉਂਕਿ ਇਹਦੇ ਵਿੱਚ ਜ਼ਹਿਰ ਨਹੀਂ ਹੁੰਦੀ, ਤਾਂ ਇਹਨੂੰ ਇਹ ਲੱਗਦਾ ਹੁੰਦਾ ਕਿ ਸਾਹਮਣੇ ਵਾਲਾ ਬੰਦਾ ਮੈਨੂੰ ਮਾਰ ਦੂੰਗਾ, ਉਸ ਤੋਂ ਪਹਿਲਾਂ ਆਪਦੀ ਜਾਨ ਬਚਾਓ ਅਤੇ ਭੱਜ। ਜਿਵੇਂ ਉਹ ਐਗਜ਼ਾਮਪਲ ਦਿੱਤੀ ਸੀ ਵੀ ਉਹ ਗਾਲ ਕੱਢ ਕੇ ਬੰਦਾ ਭੱਜ, ਠੀਕ ਹੈ। ਉਸ ਤੋਂ ਬਾਅਦ ਆ ਗਿਆ ਚੱਕੜ ਕੀਲਦੈਕ, ਇਹ ਪਾਣੀ ਵਾਲਾ ਸੱਪ ਹੈ। ਜ਼ਿਆਦਾਤਰ ਜਿਹੜੇ ਪਾਣੀ ਵਾਲੇ ਸੱਪ ਹੁੰਦੇ ਨੇ ਉਹ ਜ਼ਹਿਰੀਲੇ ਹੁੰਦੇ ਨੇ, ਜਿਹੜੇ ਸਮੁੰਦਰ ਦੇ ਵਿੱਚ ਸੱਪ ਰਹਿੰਦੇ ਨੇ ਉਹਨਾਂ ਨੂੰ ਕੋਰਲ ਸਨੇਕਸ ਕਹਿੰਦੇ ਨੇ। ਕੋਰਲ, ਕੋਰਲ ਮਤਲਬ ਜਿਹੜਾ ਪਾਣੀ ਦੇ ਥੱਲੜੇ ਘੇਰਦੇ ਪਾਸੇ ਸਾਨੂੰ ਪੱਥਰ ਮਿਲਦਾ ਹੈਗਾ ਉਹਨੂੰ ਕੋਰਲ ਕਹਿੰਦੇ ਨੇ। ਕੋਰਲ ਸਨੇਕਸ ਕਿਉਂ ਕਹਿੰਦੇ ਆ, ਕਿਉਂਕਿ ਉਹਨਾਂ ਉਹ ਸੱਪਾਂ ਦਾ ਜਿਹੜਾ ਰੰਗ ਹੁੰਦਾ ਹੈ ਉਹ ਬਹੁਤ ਗੂੜਾ ਹੁੰਦਾ ਹੈ ਔਰ ਬਹੁਤ ਸੋਹਣੇ ਹੁੰਦੇ ਹੈ। ਜਿਹੜੇ ਬਲੈਕ ਆ ਗਿਆ, ਯੈਲੋ ਆ ਗਿਆ, ਫਿਰ ਕੋਈ ਵਾਈਟ ਆ ਗਿਆ, ਉਸ ਤੋਂ ਬਲੂ ਆ ਗਿਆ, ਐਦਾਂ ਰੰਗ ਬਿਰੰਗੇ ਹੁੰਦੇ ਆ, ਬਹੁਤ ਸੋਹਣੇ ਹੁੰਦੇ ਆ, ਇਸ ਕਰਕੇ ਉਹਨਾਂ ਨੂੰ ਕੋਰਲ ਸਨੇਕਸ ਕਹਿੰਦੇ ਆ। ਪਰ ਜਿਹੜਾ ਸਾਡੇ ਬਠਿੰਡੇ ਦੇ ਸੱਪ ਪਾਇਆ ਜਾਂਦਾ ਹੈ ਉਹ ਹੈ ਚੱਕਰ ਕੀਲ ਬੈਗ, ਇਹ ਸੱਪ ਬਿਨਾਂ ਜ਼ਹਿਰ ਤੋਂ, ਇਹਦੇ ਵਿੱਚ ਜ਼ਹਿਰ ਨਹੀਂ ਹੁੰਦੀ, ਪਰ ਇਹ ਵਾਈਟ ਬਹੁਤ ਜ਼ਿਆਦਾ ਕਰਦਾ, ਔਰ ਵਾਈਟ ਅਗਰ ਇਹਦਾ ਜਿਹੜਾ ਜਵਾੜਾ ਹੁੰਦਾ ਉਹ 'ਚ ਇੰਨੀ ਕੁ ਜ਼ਿਆਦਾ ਤਾਕਤ ਹੁੰਦੀ ਹੈ ਕਿ ਅਗਰ ਇਹ ਸਾਡੇ ਵਾਈਟ ਕਰਦੇ ਸਾਨੂੰ ਪਕੜਦੇ ਤਾਂ ਅਸੀਂ ਚੁਰਾ ਨਹੀਂ ਸਕਦੇ। ਇਹਦੇ ਜਿਹੜੇ ਦੰਦ ਹੁੰਦੇ ਆ ਉਹ ਸਾਡੇ ਵਾਂਗੂ ਹੁੰਦਾ, ਪੂਰਾ ਜਵਾੜਾ ਹੁੰਦਾ, ਔਰ ਆਰੀ ਵਾਂਗੂ ਹੁੰਦੇ ਆ ਦੰਦ, ਆਰੀ ਦੇਖੀਏ ਸਾਰੇ ਨੇ, ਆਰੀ ਵਾਂਗੂ ਦੰਦ ਹੁੰਦੇ ਆ, ਅੰਦਰ ਨੂੰ ਮੁੜ ਗਏ ਹੁੰਦੇ ਆ। ਜਦੋਂ ਇਹ ਸਾਡੇ ਇੱਦਾਂ ਵਾਈਟ ਕਰਦਾ ਹੈਗਾ ਅਸੀਂ ਖਿੱਚਾਂਗੇ ਆਪਦੀ ਬਾਂਹ ਨੂੰ ਬਾਹਰ ਨੂੰ, ਤਾਂ ਜਿੰਨਾ ਇਹਨੂੰ ਪਕੜਿਆ ਹੋਇਆ ਹੋਊਗਾ ਉਹ ਸਾਰਾ ਸਾਰਾ ਮਾਸ ਪਾੜ ਸਕਦਾ, ਪਾੜ ਕੇ ਉੱਥੋਂ ਬਲੀਡਿੰਗ ਸਟਾਰਟ ਹੋ ਜਾਏਗੀ। ਨੈਕਸਟ ਆ ਗਿਆ ਜੀ ਸਾਡੇ ਕੋਲ ਬਫ ਸਟ੍ਰਿਪ ਕੀਲ ਬੈਗ, ਇਹ ਸੱਪ ਵੀ ਕੁਕਰੀ ਸੱਪ ਵਾਂਗੂ ਬਹੁਤ ਸ਼ਾਂਤ ਸੁਭਾਅ ਦਾ ਸੱਪ ਹੁੰਦਾ। ਇਸ ਦੇ ਸਿਰ ਤੋਂ ਲੈ ਕੇ ਪੂਛ ਤੱਕਰ ਦੋ ਧਾਰੀਆਂ ਹੁੰਦੀਆਂ, ਬਿਲਕੁਲ ਸਿੱਧੀਆਂ ਜਾਣਗੀਆਂ, ਇਸ ਵੀ ਤੁਹਾਨੂੰ ਦੇਖੀਆਂ ਹੋਣ, ਆਹ ਦੋ ਧਾਰੀਆਂ ਜਾਂਦੀਆਂ ਪੂਛ ਤੱਕ ਸਿਰ ਤੋਂ ਲੈ ਕੇ, ਇਹ ਐਸੇ ਦੀ ਪਹਿਚਾਣ ਹੈ। ਮੂਹਰੇ ਮੂਹਰੇ ਇੱਥੇ ਡੱਬੀਆਂ ਬਣੀਆਂ ਹੁੰਦੀਆਂ ਅਤੇ ਦੋ ਧਾਰੀਆਂ 10 ਤੱਕ ਜਾਂਦੀਆਂ। ਬਫ ਸਟ੍ਰਿਪ ਕੀਲ ਬੈਗ ਇਹ ਸੱਪ ਜਿੱਥੇ ਸਾਡੇ ਸਰ ਰਹਿੰਦੇ ਨੇ ਗੁਰਿੰਦਰ ਸਰ ਨਿਰਮਾਣ ਸਟੇਟ ਦੇ ਵਿੱਚ, ਉੱਥੇ ਕਾਫੀ ਮਦਦ ਪਾਏ। ਉਸ ਤੋਂ ਬਾਅਦ ਆ ਗਿਆ ਜੀ ਬਲੈਕ ਹੈਡਡ ਰੋਇਲ ਸਨੇਕ, ਰੋਇਲ ਕੀ ਹੁੰਦਾ, ਰੋਇਲ ਕਿਸ ਨੂੰ ਕਹਿੰਦੇ ਆ, ਸਪੈਸ਼ਲ ਨੂੰ, ਔਰ ਜਿਹੜਾ ਬਹੁਤ ਖੂਬਸੂਰਤ ਹੋਵੇ ਉਸ ਨੂੰ ਰੋਇਲ ਕਹਿ ਦਿੰਦੇ ਆ, ਸ਼ਾਹੀ ਹੋਵੇ ਜਿਹੜਾ। ਇਹਨਾਂ ਨੇ ਉੱਥੇ ਸਭ ਫੜੇ ਵੀ ਬਹੁਤ ਹੈ, ਮਤਲਬ ਕਿ ਹਰ ਸੰਡੇ ਜਾਂ ਸੈਟਰਡੇ ਜੇ ਕੋਈ ਛੁੱਟੀ ਹੁੰਦੀ ਹੈ ਉਹਦੇ ਕੰਮ ਤੋਂ ਸ਼ੁਰੂ ਕਰਦੇ ਆ, ਇੱਕ ਅੱਧਾ ਸਨੈਕ ਤਾਂ ਇਹਨਾਂ ਬਸ ਕੋਲ ਆਈ ਪਈ ਹੁੰਦੀ ਹੈ। ਫੇਸਬੁੱਕ 'ਤੇ ਕਾਫੀ ਫੋਟੋਆਂ ਦੇਖੋ, ਉਹ ਸਾਰੀਆਂ ਨਿਰਮਾਣਾਂ 'ਚ ਲੱਭੇ ਇਹਨਾਂ ਨੇ, ਕਿੰਨੇ ਕੁ ਫੜ ਲਏ ਹੋਣਗੇ,
ਹੁਣ ਤੱਕ ਘੱਟੋ ਘੱਟ 1500 2000 ਸੱਪ ਪੜ ਚੁੱਕੇ ਹੁਣ ਵੀ ਕਾਲ ਆ ਚੁੱਕੀ ਹੈ ਜਦੋਂ ਤੁਸੀਂ ਬੈਠ ਰਹੇ ਸੀ ਉਦੋਂ ਮੈਨੂੰ ਜਸਟ ਕਾਲ ਆਈ ਹੈ ਸਾਹਮਣੇ ਕਿਤੋਂ ਸੱਪ ਦਾ ਜੁਝਾਰ ਸਿੰਘ ਨਗਰ ਦੇ ਵਿੱਚ ਸੱਪ ਐਕਸੀਡੈਂਟ ਕਰੇ ਸੀ ਆ ਲੈਕਚਰ ਲਗਾ ਕੇ ਦੋ ਫੜਨ ਜਾਊਗਾ ਤੁਸੀਂ ਬੜਾ ਧਿਆਨ ਨਾਲ ਸੁਣਨਾ ਸਭ ਤੋਂ ਲੈਕਚਰ ਤੁਹਾਡੇ ਲਈ ਸਪੈਸ਼ਲ ਹੈ ਕਿਉਂਕਿ ਸਾਰੇ ਟੀਚਰਾਂ ਨੇ ਫਾਇਦਾ ਕੀਤਾ ਸੀ ਪੜ੍ਹਦੇ ਤਾਂ ਜੀ ਪਰ ਕੋਈ ਚਿੱਤਾ ਮੁਖੀ ਕੋਰਸ ਕਰਾ ਲਿਆ ਬਿਲਕੁਲ ਸਹੀ ਹੈ ਜੀ ਬੜਾ ਵਧੀਆ ਕੀਤਾ ਜੀ ਨਾਲੇ ਪੋਨੇ ਨਾਲੇ ਫਲ ਗਿਆ ਨਾਲੇ ਪੈਸੇ ਕਮਾਓ ਸੱਪ ਫੜਨ ਦੇ ਬਦਲੇ ਤੇ ਨਾਲੇ ਪੋਨ ਕੱਟੋ ਸੱਪ ਨੂੰ ਬਚਾ ਕੇ ਛੱਡ ਦਿਓ ਚਲੋ ਆਪਾਂ ਆਪਣੇ ਮੁੱਦੇ ਤੇ ਆਉਂਦੇ ਹਾਂ ਜੀ ਬਲੈਕ ਹੈਡਡ ਰੋਇਲ ਸਨੇਕ ਸ਼ਾਹੀ ਸੱਪ ਹੈਗਾ ਇਹਦਾ ਮੂੰਹ ਕਾਲਾ ਬਾਕੀ ਸਾਰਾ ਜਿਹੜਾ ਸੱਪ ਹੈ ਪਿਛਲਾ ਹਿੱਸਾ ਉਹ ਯੈਲੋ ਸ਼ੇਡ ਦੇ ਵਿੱਚ ਛੋਟੀ ਸ਼ਰਟ ਵਾਲੇ ਸ਼ੇਡ 'ਚ ਉਹਦੇ ਉੱਪਰ ਚੋਕਲੇਟ ਰੰਗ ਦੇ ਧੱਬੇ ਚੋਕਲੇਟੀ ਸ਼ੇਡ ਦੇ ਵਿੱਚ ਧੱਬੇ ਤਾਂ ਬਹੁਤ ਸੋਹਣਾ ਸੱਪ ਹੈ ਔਰ ਬਹੁਤ ਘੱਟ ਪਾਇਆ ਜਾਂਦਾ ਹੈ ਬਹੁਤ ਰੇਅਰ ਹੈ ਉਸ ਤੋਂ ਬਾਅਦ ਆ ਜਾਂਦਾ ਹੈ ਅੱਛਾ ਜਿਹੜਾ ਬਲੈਕ ਹੈਡਡ ਰੋਇਲ ਸਨੇਕ ਹੈਗਾ ਇਹ ਕੀ ਕਰਦਾ ਹੈਗਾ ਇਹ ਕੋਬਰੇ ਵਾਂਗੂ ਆਵਾਜ਼ ਕੱਢਦਾ ਹੈਗਾ ਸੀਟੀ ਮਾਰਦਾ ਹੈ ਫਿਸ ਦੀ ਜਾਂ ਫਿਸ ਫਿਸ ਕਰਦਾ ਰਹਿੰਦਾ ਹੈਗਾ ਜਦੋਂ ਅਸੀਂ ਇਹਦੇ ਕੋਲੇ ਜਾਂਦੇ ਹਾਂ ਤਾਂ ਇਹ ਸੱਪ ਦੀ ਕੋਬਰੇ ਵਰਗੀ ਆਵਾਜ਼ ਕੱਢਦਾ ਹੈ ਪਹਿਲਾਂ ਜਦੋਂ ਅਸੀਂ ਇਸ ਨੂੰ ਫੜਦੇ ਹਾਂ ਜਾ ਕੇ ਉਦੋਂ ਸਾਡੇ ਪਾਈਪ ਵੀ ਕਰਦਾ ਹੈ ਉਸ ਤੋਂ ਬਾਅਦ ਇਹ ਸ਼ਾਂਤ ਇਹ ਵੀ ਚੂੜੇ ਪੈਣਾ ਸੱਪ ਹੈ ਬਿਨਾਂ ਜਹਿਰ ਤੋਂ ਹੈ ਸਿਰਫ ਕੋਬਰੇ ਵਰਗੀ ਆਵਾਜ਼ਾਂ ਕੱਢ ਕੇ ਸਾਨੂੰ ਡਰਾਉਂਦਾ ਹੈਗਾ ਤਾਂ ਕਿ ਅਸੀਂ ਇਸ ਨੂੰ ਇਸ ਤੋਂ ਦੂਰ ਨੈਕਸਟ ਆ ਗਿਆ ਜੀ ਸਾਡੇ ਕੋਲੇ ਵਾਰਮ ਸਨੇਕ ਇਹ ਤਕਰੀਬਨ ਹਰੇਕ ਘਰਾਂ ਦੇ ਵਿੱਚ ਪਾਇਆ ਜਾਂਦਾ ਜ਼ਿਆਦਾਤਰ ਵਾਸ਼ ਬੇਸਨਸ ਦੇ ਵਿੱਚ ਪਾਇਆ ਜਾਂਦਾ ਸੀਵਰ ਦੇ ਵਿੱਚ ਪਾਇਆ ਜਾਂਦਾ ਇਹ ਸੱਪ ਤਕਰੀਬਨ ਅੱਧੇ ਫੁੱਟ ਦਾ ਹੋ ਜਾਂਦਾ ਹੈਗਾ ਬਲੈਕ ਕਲਰ ਦਾ ਹੁੰਦਾ ਹੈਗਾ ਸੱਪ ਵਾਂਗੂ ਵੇਲਦਾ ਗੋਲ ਗੋਲ ਹੁੰਦਾ ਬਿਲਕੁਲ ਸਾਡੇ ਜਿਹੜੇ ਵਾਸ਼ ਬੇਸਨਸ ਹੁੰਦੇ ਆ ਉਸਦੇ ਪਿਛਲੇ ਪਾਸੇ ਇੱਕ ਮੋਰੀ ਹੁੰਦੀ ਹੈ ਐਟਿਕ ਕਲਰ ਛੱਡੀ ਉਹ ਛੱਡਣ ਦੀ ਜਗ੍ਹਾ ਉਹਦੇ ਉੱਪਰ ਮੋਰੀ ਹੁੰਦੀ ਹੈ ਉਹ ਕਾਹਦੇ ਵਾਸਤੇ ਛੱਡੀਆਂ ਹੁੰਦੀਆਂ ਪਾਣੀ ਵਗੈਰਾ ਜਿਹੜਾ ਐਕਸਟਰਾ ਆ ਜਾਂਦਾ ਉਹਦੇ ਵਿੱਚ ਨਹੀਂ ਹੋ ਕੇ ਬਾਹਰ ਚਲਾ ਜਾਂਦਾ ਤਾਂ ਉਹਦੇ ਵਿੱਚ ਜਦੋਂ ਪਾਣੀ ਬਾਹਰ ਜਾਂਦਾ ਤਾਂ ਉਹਦੇ ਅੰਦਰ ਐਲਗੀ ਜਾਂ ਫੰਗਸ ਵਗੈਰਾ ਜੰਮੇਸ਼ਨ ਹੋ ਜਾਂਦੀ ਗੰਦਗੀ ਪੈਦਾ ਹੋ ਜਾਂਦੀ ਹੈ ਵਾਸ਼ ਬੇਸਨ ਉਹਦੇ ਅੰਦਰ ਇਹ ਸੱਪ ਪਲਦਾ ਇਸ ਸੱਪ ਦੀ ਜਿਹੜੀ ਉਮਰ ਹੁੰਦੀ ਆ ਉਹ 29 ਡੇਜ਼ ਦੀ ਹੁੰਦੀ ਹੈ ਇੱਕ ਮਹੀਨੇ ਬਾਅਦ ਇਹ ਸੱਪ ਆਪਣੇ ਆਪ ਮਰ ਜਾਂਦਾ ਠੀਕ ਹੈ ਇਹ ਜਿਹੜਾ ਸੱਪ ਹੁੰਦਾ ਹੈ ਇਹਦੀਆਂ ਅੱਖਾਂ ਜਿਹੜੀਆਂ ਹੁੰਦੀਆਂ ਆਪਾਂ ਸੂਈ ਦੇਖੀ ਹੈ ਘਰ ਸੂਈਆਂ ਹੁੰਦੀਆਂ ਆਪਣੇ ਸੂਈ ਦੀ ਜਿਹੜੀ ਟਿਪ ਹੁੰਦੀ ਹੈ ਬਿਲਕੁਲ ਮੂਹਰ ਹੁੰਦੀ ਅੱਗੇ ਉਹ ਹਿੱਸਾ ਓਨੀ ਕੁ ਇਹਦੀ ਅੱਖ ਹੁੰਦੀ ਹੈ ਓਨਾ ਕੀ ਇਹਦਾ ਉਸ ਤੋਂ ਥੋੜ੍ਹਾ ਮੋਟਾ ਵੱਡਾ ਮੂੰਹ ਹੁੰਦਾ ਇਹ ਖਾਂਦਾ ਕੀ ਹੈਗਾ ਸਿਉਂਖ ਹੋ ਗਈ ਜਾਂ ਛੋਟੇ ਮੋਟੇ ਜਿਹੜੇ ਇਹੋ ਜਿਹੇ ਕੀਟਾਣੂ ਜਿਨ੍ਹਾਂ ਨੂੰ ਅਸੀਂ ਆਪਦੀ ਨੰਗੀ ਅੱਖ ਨਾਲ ਨਹੀਂ ਦੇਖ ਸਕਦੇ ਮਾਈਕਰੋਸਕੋਪ ਨਾਲ ਦੇਖਦੇ ਜਿਹੜੇ ਜਾਨਵਰਾਂ ਨੂੰ ਐਲਗੀ ਹੋ ਗਈ ਫੰਗਸ ਹੋ ਗਈ ਅਮੀਬਾ ਹੋ ਗਿਆ ਹੈ ਨਾ ਤਾਂ ਉਹਨਾਂ ਚੀਜ਼ਾਂ ਨੂੰ ਇਹ ਉਹਨਾਂ ਜਾਨਵਰਾਂ ਨੂੰ ਇਹ ਖਾਂਦਾ ਉਸ ਤੋਂ ਨੈਕਸਟ ਆ ਗਿਆ ਸਾਡੇ ਕੋਲ ਦੋ ਉਹ ਆ ਗਈਆਂ ਉਹ ਦੇਖੀਆਂ ਹੋਣੀਆਂ ਸਾਰਿਆਂ ਨੇ ਸਾਡੇ ਪੰਜਾਬ ਦੇ ਵਿੱਚ 6 ਤਰ੍ਹਾਂ ਦੀਆਂ ਬਹੁਤ ਹੁੰਦੀਆਂ ਸੀਗੀਆਂ ਪਰ ਅਸੀਂ ਮਾਰ ਕੇ 4 ਤਰ੍ਹਾਂ ਦੀਆਂ ਜਿਹੜੀ ਬਹੁਤ ਸੀ ਉਹਨਾਂ ਨੂੰ ਮਾਰਤਾ ਅਤੇ ਹੁਣ 2 ਤਰ੍ਹਾਂ ਦੀਆਂ ਰਹਿ ਗਈਆਂ ਸਾਡੇ ਕੋਲ ਫਸਟ ਹੈਗੀ ਹੈ ਬੰਗਾਲ ਮੋਨੀਟਰ ਲਿਜ਼ਰਡ ਦੂਸਰੀ ਹੈਗੀ ਹੈ ਡੈਜ਼ਰਟ ਮੋਨੀਟਰ ਲਿਜ਼ਰਡ ਤਾਂ 2 ਤਰ੍ਹਾਂ ਦੀਆਂ ਗੋਹ ਰਹੀ ਹੈ ਇੱਕ ਗੋਹ ਕਾਲੇ ਰੰਗ ਦੀ ਹੁੰਦੀ ਹੈ ਉਹਦੇ ਉੱਪਰ ਪੀਲੇ ਰੰਗ ਦੀਆਂ ਧਾਰੀਆਂ ਇੱਕ ਗੋਹ ਪੀਲੇ ਰੰਗ ਦੀ ਹੁੰਦੀ ਹੈ ਔਰ ਉਹਦੇ ਉੱਪਰ ਕਾਲੇ ਰੰਗ ਦੀਆਂ ਧਾਰੀਆਂ ਇਹ 2 ਤਰ੍ਹਾਂ ਦੀਆਂ ਗੋਹ ਆ ਜਿਹੜੀਆਂ ਸਾਡੇ ਕੋਲ ਰਹਿ ਗਈਆਂ ਚੰਦਨਗੀਰਾ ਦੇਖਿਆ ਹਾਂਜੀ ਕਿਹੜੇ ਕਿਹੜੇ ਦੇਖਿਆ ਜਿਹੜੇ ਦੇਖਿਆ ਉਹ ਯਾਰ ਕੜਾ ਕਰਿਓ ਮੈਂ ਕੁਐਸਚਨ ਪੁੱਟ ਕਰੂੰਗਾ ਕਿਸੇ ਨੇ ਦੇਖਿਆ ਨਾ ਪੁੱਛੋ ਏ ਬੋਲੋ 15 ਮਿੰਟ ਮੈਂ ਬੋਲੂੰਗਾ ਉਦੋਂ ਬਾਅਦ ਵੀ ਬੋਲੇ ਚੰਦਨਗੀਰਾ ਦੇਖਿਆ ਨਹੀਂ ਦੇਖਿਆ ਨਾ ਕਿਸੇ ਨਹੀਂ ਦੇਖਿਆ ਸਿਰਫ ਅਸੀਂ ਸੁਣਿਆ ਹੈਗਾ ਸਾਡੇ ਬਜ਼ੁਰਗਾਂ ਤੋਂ ਸੁਣਿਆ ਵੀ ਚੰਦਨਗੀਰਾ ਹੁੰਦਾ ਹੈਗਾ ਲੇਜ਼ਰ ਵਾਂਗੂ ਆ ਕੇ ਮੱਥੇ 'ਚ ਡੱਗ ਮਾਰਦਾ ਜੇ ਚੰਦਨਗੀਰਾ ਪਹਿਲਾਂ ਪਾਣੀ ਪੀ ਲੈਂਦਾ ਇਨਸਾਨ ਮਰ ਜਾਂਦਾ ਇਨਸਾਨ ਪਾਣੀ ਪੀ ਲੈਂਦਾ ਚੰਦਨਗੀਰਾ ਮਰ ਜਾਂਦਾ ਅਸੀਂ ਸੁਣਿਆ ਹਾਂਜੀ ਉਹਦੇ ਕੋਟੇ ਦੇ ਉੱਤੇ ਛੋਟੇ ਛੋਟੇ ਪੱਥਰ ਰੱਖੇ ਹੋਏ ਹੁੰਦੇ ਆ ਉਹਦੀ ਜੀਭ ਪੀਲੇ ਰੰਗ ਦੀ ਹੁੰਦੀ ਹੈ ਅਤੇ ਕਈ ਵਾਰੀ ਮੂੰਹ ਤੋਂ ਅੱਗ ਵੀ ਕਰਦਾ ਹੈਗਾ ਅਸੀਂ ਸੁਣਿਆ ਚਲੋ ਤਾਂ ਚੰਦਨਗੀਰਾ ਨਾਮ ਦਾ ਜਾਨਵਰ ਹੈ ਜਿਹੜਾ ਉਹ ਇਸ ਦੁਨੀਆ ਦੇ ਉੱਪਰ ਨਹੀਂ ਹੈਗਾ ਚੰਦਨਗੀਰਾ ਨਾਮ ਨੂੰ ਜਿਵੇਂ ਇੱਕ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਵੀ ਕੋਕੋ ਆ ਜੂਗੀ ਅੱਜ ਤੱਕ ਕੋਕੋ ਰੰਗ ਦਾ ਪੰਛੀ ਨਹੀਂ ਦੱਸਿਆ ਕਿਸੇ ਉਵੇਂ ਚੰਦਨਗੀਰਾ ਹੈਗਾ ਚੰਦਨਗੀਰਾ ਨਾਮ ਦਾ ਕੋਈ ਜਾਨਵਰ ਨਹੀਂ ਹੈ ਐਦਾਂ ਦਾ ਕੋਈ ਜਾਨਵਰ ਨਹੀਂ ਹੈ ਜਿਹੜਾ ਸਿੱਧਾ ਮੱਥੇ ਦੇ ਵਿੱਚ ਹੀ ਡੰਗ ਮਾਰੂਗਾ ਆ ਕੇ ਅੱਖ 'ਤੇ ਨਹੀਂ ਵੱਜਦਾ ਕੰਨ 'ਤੇ ਨਹੀਂ ਵੱਜਦਾ ਗਲੇ 'ਤੇ ਨਹੀਂ ਵੱਜਦਾ ਸਿੱਧਾ ਆ ਕੇ ਮੱਥੇ 'ਚ ਵੱਜਦਾ ਫਿਰ ਕਹਿੰਦੇ ਪਤਾਲ 'ਤੇ ਜਾਂਦਾ ਉਹ ਪਾਣੀ ਪੀਣ ਵਾਸਤੇ
ਪਾਤਾਲ ਦਾ ਬਹੁਤ ਪੀਰ ਹੈ ਧਰਤੀ ਦੇ ਵਿੱਚ ਘੱਟੋ ਘੱਟ 60-70 ਫੁੱਟ ਜਾਂ 100 ਫੁੱਟ ਨੀਚੇ ਜਾ ਕੇ ਪਾਤਾਲ ਆਉਂਦਾ ਉੱਥੇ ਜਾ ਕੇ ਪਾਣੀ ਪੀਊਗਾ ਉਹ ਤੋਂ ਪਹਿਲਾਂ ਤਾਂ ਇਨਸਾਨ ਪੀਊਗਾ ਫਿਰ ਕਿਸੇ ਨੂੰ ਕੀ ਪਤਾ ਵੀ ਚੰਦਨ ਕੀੜਾ ਵਾਪਸ ਆਇਆ ਕਿ ਨਹੀਂ ਆਇਆ ਮੁੜ ਕੇ ਪਾਣੀ ਪੀ ਕੇ ਹੈ ਨਾ ਤਾਂ ਇਹ ਸਾਰੀਆਂ ਕੀੜੇ ਅਫਵਾਹਾਂ ਨੇ ਕੁਛ ਉਦੋਂ ਫੈਕਟ ਹੁੰਦੇ ਸੀਗੇ ਜਿੰਨਾ ਜਿਹਦੇ ਕਰਕੇ ਕੀ ਹੁੰਦਾ ਸੀਗਾ ਲੋਕ ਜਿਵੇਂ ਖੇਤਾਂ 'ਚ ਕੰਮ ਕਰਦੇ ਹੁੰਦੇ ਸੀ ਅੱਜ ਕੱਲ੍ਹ ਦੇ ਆ ਜਿਵੇਂ ਆਪਾਂ ਕਿੱਥੇ ਕਰਦੇ ਉਹ ਨਹੀਂ ਹੁੰਦੇ ਸੀਗੇ ਸਾਰੇ ਲੋਕ ਖੇਤਾਂ 'ਚ ਕੰਮ ਕਰਦੇ ਸੀ ਤਾਂ ਜਵਾਕ ਖਹਿੜੇ ਪੈ ਜਾਂਦੇ ਸੀ ਮਗਰ ਲੱਗੇ ਤੇ ਅਸੀਂ ਵੀ ਨਾਲ ਜਾਓ ਤਾਂ ਉਹਨਾਂ ਨੇ ਇੱਕ ਚੰਦਨ ਕੀੜਾ ਨਾਮ ਦੇ ਕੇ ਜਾਨਵਰ ਨੂੰ ਇਜਾਦ ਕੀਤਾ ਵੀ ਜੇ ਤੁਸੀਂ ਨਾਲ ਜਾਓਗੇ ਸਾਡੇ ਤਾਂ ਫਲਾਨਾ ਉੱਥੇ ਜਾਨਵਰ ਉਹ ਲੜ ਜੂਗਾ ਤਾਂ ਜਵਾਕਾਂ ਨੂੰ ਇੱਕ ਗੋਲੀ ਪਾ ਜਾਂਦੇ ਸੀ ਤਾਂ ਕਿ ਜਵਾਕ ਘਰੇ ਬੈਠੇ ਰਹੇ ਉਹ ਚੰਦਨ ਕੀੜਾ ਅੱਜ ਵੀ ਤੁਰਿਆ ਕਰਦਾ ਲੋਕਾਂ ਦੇ ਨਾਗਮਣੀ ਹੁੰਦੀ ਹੈ ਸਭ ਤੋਂ ਨਾਗਮਣੀ ਵੀ ਨਹੀਂ ਹੁੰਦੀ ਕੋਈ ਨਾਗਮਣੀ ਨਹੀਂ ਹੁੰਦੀ ਸੱਪ ਇੱਛਾਧਾਰੀ ਹੁੰਦੇ ਹੈ ਨਹੀਂ ਹੁੰਦੇ ਕਦੇ ਇਨਸਾਨ ਬਣ ਜਾਂਦੇ ਹੈ ਕਦੇ ਸੱਪ ਬਣ ਜਾਂਦੇ ਹੈ ਫਿਲਮਾਂ ਦੇਖਦੇ ਕਿ ਹੋ ਸਕਦਾ ਛੋਟੇ ਬਣ ਜਿਹੜੇ ਸੱਪ ਬਣ ਜਾਈਏ ਕਦੇ ਜਦੋਂ ਇਨਸਾਨ ਬਣ ਜਾਂਦਾ ਸੱਪ ਬਣ ਜਾਈਏ ਨਿਆਰੇ ਲਵਾਂਗੇ ਹੈ ਤਾਂ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਹ ਫਿਲਮਾਂ ਵਾਲਿਆਂ ਨੇ ਬਣਾਈਆਂ ਹੋਈਆਂ ਕਿਉਂਕਿ ਸੱਪ ਇੱਕ ਇਹੋ ਜਿਹਾ ਜਾਨਵਰ ਹੈ ਜਿਸ ਨੂੰ ਕਦੇ ਵੀ ਅਸੀਂ ਨੇੜੇ ਹੋ ਕੇ ਨਹੀਂ ਦੇਖਿਆ ਉਹਨੂੰ ਸਮਝਿਆ ਨਹੀਂ ਹੁੰਦਾ ਜਿਵੇਂ ਅਸੀਂ ਕੁੱਤੇ ਪਾਲ ਲੈਂਦੇ ਹਾਂ ਬਿੱਲੀਆਂ ਪਾਲ ਲੈਂਦੇ ਹਾਂ ਘਰ ਦੇ ਵਿੱਚ ਹਰੇਕ ਤਰ੍ਹਾਂ ਦੇ ਜਾਨਵਰ ਨੂੰ ਅਸੀਂ ਮਿਲ ਲੈਂਦੇ ਹਾਂ ਹੱਥ ਲਾ ਕੇ ਦੇਖਦੇ ਹਾਂ ਪਰ ਸੱਪ ਇੱਕ ਇਹੋ ਜਿਹਾ ਜਾਨਵਰ ਹੈ ਜਿਸ ਨੇ ਅਸੀਂ ਨੇੜੇ ਵੀ ਨਹੀਂ ਹੋਣਾ ਚਾਹੁੰਦੇ ਹੱਥ ਲਾਉਣ ਦਾ ਬਹੁਤ ਜ਼ਰੂਰੀ ਹੈ ਇਸ ਕਰਕੇ ਜਿਹੜੇ ਜਾਨਵਰ ਨੂੰ ਅਸੀਂ ਨਹੀਂ ਦੇਖਿਆ ਹੁੰਦਾ ਨਹੀਂ ਜਾਣਦੇ ਉਹਦੇ ਬਾਰੇ ਦੇ ਵਿੱਚ ਫਿਲਮਾਂ ਵਾਲੇ ਬਹੁਤ ਵੱਡੀਆਂ ਵੱਡੀਆਂ ਕਹਾਣੀਆਂ ਬਣਾ ਕੇ ਸਾਡੇ ਸਾਹਮਣੇ ਪੇਸ਼ ਕਰਦੇ ਤਾਂ ਉਹਨਾਂ ਦੀ ਮਦਦ ਨਹੀਂ ਲੱਗਦੀ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਸੱਪ ਦਿਖਾ ਦਿੰਦਾ ਇਹ ਬੋਲੋਗੇ ਜਿਹੜਾ ਬੋਲੂਗਾ ਸੱਪ ਉਹਦੇ ਵੱਲ ਭੱਜਣਾ ਨੀ ਕਿਸੇ ਨੇ ਉੱਠ ਕੇ ਇੱਥੇ ਬੈਠੇ ਰਹਿਣਾ ਛੱਡਦਾ ਨੀ ਮੈਂ ਸੱਪ ਸੁਣਾ ਉਧਰ ਸੱਪ ਆ ਰਿਹਾ ਹੈ ਜੋ ਆਪਣੀ ਨਾਲ ਹੈ ਉਹ ਵੀ ਸਮਝਾ ਰਿਹਾ ਹੈ ਬਸ ਕੋਈ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਵੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਨਾ ਪੁੱਛੋ ਥੋੜਾ ਬੜਾ ਗੱਲ ਸੁਣੋ ਮੈਂ ਤੁਹਾਨੂੰ ਜਿਹੜਾ ਸੱਪ ਦਿਖਾਉਂਗਾ ਮੈਂ ਤੁਹਾਨੂੰ ਪਹਿਚਾਣ ਦੱਸ ਚੁੱਕਿਆ ਹੈ ਫੋਟੋਜ਼ ਤੁਸੀਂ ਦੇਖ ਰਹੇ ਪਿੱਛੇ ਲੱਗੀਆਂ ਹੋਈਆਂ ਤੁਸੀਂ ਦੱਸਣਾ ਕਿ ਸੱਪ ਕਿਹੜਾ ਹੈ ਔਰ ਕਿਹੜਾ ਵਾਲਾ ਹੈ ਜਾਂ ਕਿਹੜਾ ਹੈ ਔਰ ਐਦਾਂ ਹੀ ਸਾਰਿਆਂ ਨੇ ਬੋਲਣ ਲੱਗ ਜਾਣਾ ਫਟਾਫਟ ਨਾਲ ਲੱਲੇ ਨਾ ਲਵ ਜੀ ਅਸਲ ਕਿਹੜਾ ਕਰਦਾ ਪਿਆ ਆਪਣੇ ਆਪ ਠੀਕ ਹੈ ਉਹਨਾਂ ਦੀ ਕਾਲ ਆ ਗਈ ਬੇਟਾ ਡਰਨ ਦੀ ਲੋੜ ਨਹੀਂ ਇੱਕ ਗਲੋਸੀ ਬੈਲੀ ਦੇ ਰੇਸਿਸ ਮੈਂ ਕਰੂੰ ਜਿਹੜਾ ਦੂਸਰੇ ਨੰਬਰ 'ਤੇ ਆਉਂਦਾ ਰੌਣ ਬੈਲੀ ਉਸ ਤੋਂ ਦੂਸਰੇ ਨੰਬਰ 'ਤੇ ਉਹ ਨਹੀਂ ਜੀ ਇਹ ਛੱਪਣੇ ਬਣ ਗਏ ਅਤੇ ਜਿਹੜਾ ਬਿਲਕੁਲ ਨਹੀਂ ਆਈ ਰੰਗ ਦੇਖੋ ਪਹਿਲਾਂ ਰੰਗ ਦੇਖੋ ਚੰਗੀ ਤਰ੍ਹਾਂ ਇਹ ਸੱਪ ਹੈਗਾ ਅਗਰ ਮੈਂ ਮੂੰਹ ਛੱਡਦਾ ਇਹਨੂੰ ਨਾਲ ਦੀ ਨਾਲ ਬਾਈਟ ਕਰਦਾ ਇਹਦੀ ਜਿਹੜੀ ਬਾਈਟ ਹੈ ਉਸਦੇ ਵਿੱਚ ਦਰਦ ਹੋਊਗਾ ਬਹੁਤ ਤੇਜ਼ ਦਰਦ ਹੋਊਗਾ ਪਰ ਬਲੱਡ ਵੀ ਨਿਕਲੂਗਾ ਨੁਕਸਾਨ ਕੋਈ ਨਹੀਂ ਹੈਗਾ ਕਿਉਂਕਿ ਇਹਦੇ ਵਿੱਚ ਜ਼ਹਿਰ ਨਹੀਂ ਹੈਗੀ ਇਹਦੇ ਜਿਹੜੇ ਦੰਦ ਨੇ ਉਹ ਆਰੀ ਵਾਂਗੂ ਹੈਗੇ ਜੇ ਮੈਂ ਤੁਹਾਨੂੰ ਦੱਸਿਆ ਜੀ ਚੱਕਰ ਕੀ ਬੈਠਦੇ ਹੁੰਦੇ ਨੇ ਉਹ ਇਹ ਆਰੀ ਵਰਗੇ ਦੰਦ ਨੇ ਫੜ ਲੂਗਾ ਅਗਰ ਮੈਂ ਖਿੱਚੂਗਾ ਫੜ ਕੇ ਤਾਂ ਸਾਰੇ ਮਾਸ ਨੂੰ ਵੱਢ ਦੂਗਾ ਬਲੀਡਿੰਗ ਸਟਾਰਟ ਹੋ ਜਾਂਦੀ ਦੱਸ ਦੂਗਾ ਇੱਕ ਮਿੰਟ ਦੇ ਵਿੱਚ 20-25 ਵਾਰੀ ਬਾਈਕ ਕਰਦਾ ਹੈ ਸਰ ਇੰਨਾ ਤੇਜ਼ ਹੈ ਇਹ ਆਪਦੀ ਫੁੱਲ ਲੈਂਥ ਦੇ ਵਿੱਚ ਹੈ ਆਹ ਸੱਪ ਹੈ ਜਿਹੜਾ ਇਹ ਫੁੱਲ ਲੈਂਥ ਦੇ ਵਿੱਚ ਹੈ ਇਸ ਤੋਂ ਬਾਅਦ ਇਹ ਹੋਰ ਮੋਟਾ ਹੋ ਜਾਊਗਾ ਇਹਦੀ ਲੰਬਾਈ ਇੰਨੀ ਹੀ ਰਹਿੰਦੀ ਹੈ ਇਸ ਤੋਂ ਲੰਬਾ ਨਹੀਂ ਸਮਝ
ਵਿੱਚ ਜ਼ਹਿਰ ਨਹੀਂ ਹੈਗੀ ਇਹ ਸੱਪ ਸਾਡੇ ਘਰਾਂ ਦੇ ਵਿੱਚ ਪਾਇਆ ਜਾਂਦਾ ਜਿਨ੍ਹਾਂ ਦੇ ਘਰਾਂ ਦੇ ਵਿੱਚ ਗਮਲੇ ਹੈ ਗਮਲਿਆਂ ਨੂੰ ਅਸੀਂ ਪਾਣੀ ਦਿੰਦੇ ਹਾਂ ਪੌਦਿਆਂ ਨੂੰ ਉਹਨਾਂ ਦੇ ਥੱਲੇ ਠੰਡਕ ਹੋ ਜਾਂਦੀ ਹੈ ਤਾਂ ਠੰਡੀ ਜਗ੍ਹਾ ਦੇ ਉੱਤੇ ਜਾ ਕੇ ਸੱਪ ਪੈਂਦਾ ਠੀਕ ਹੈ ਇਹਦਾ ਫੇਵਰੇਟ ਫੂਡ ਕੀ ਹੈਗਾ ਛਿਪਕਲੀਆਂ 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 ਦੇ ਬੱਚੇ ਛਿਪਕਲੀਆਂ ਦੇ ਆਂਡੇ ਕਾਕਰੋਚ ਛੋਟੇ ਛੋਟੇ ਡੱਡੂ ਜਾਂ ਚੂਹਿਆਂ ਦੇ ਬੱਚੇ ਉਹ ਇਹਦਾ ਫੇਵਰੇਟ ਫੂਡ ਹੈ ਉਹਨਾਂ ਨੂੰ ਖਾ ਕੇ ਇਹ ਆਪਦਾ ਗੁਜ਼ਾਰਾ ਕਰਦਾ ਹੈ ਠੀਕ ਹੈ ਲੱਗ ਗਿਆ ਪਤਾ ਸੰਦੀਪ ਸਿੰਘ ਐਟ ਦ ਰੇਟ ਸੰਨੀ ਜਾਣਾ ਸੰਨੀ ਜਾਣਾ ਇਹ ਹੋ ਗਿਆ ਕੱਲੀ ਫੋਟੋ ਕਰਾ ਲਓ ਜੀ ਸਾਨ ਸਾਨ ਭਰ ਕੇ ਦੇ ਦਿਓ ਨਾਮ ਇਹ ਸੱਪ ਹੈਗਾ ਇੰਡੀਅਨ ਰੈਡ ਸਨੇਕ ਇਹ ਲੈਂਥ ਬਹੁਤ ਜ਼ਿਆਦਾ ਸਭ ਤੋਂ ਵੱਡਾ ਸੱਪ ਹੈ ਕਿੰਗ ਕੋਬਰਾ ਤੋਂ ਵੀ ਓਏ ਲੱਕੀ ਇਹ ਬੱਚਾ ਹੀ ਬੜਾ ਕੀ ਕਰਦਾ ਜੀ ਮੈਂ ਕਾਫੀ ਗੱਲਾਂ ਕੀਤੀਆਂ ਸਰ ਇਹਨਾਂ ਨੇ ਬਹੁਤ ਅੱਛਾ ਰਿਸਪੋਂਸ ਜਿਹੜਾ ਛੇਵੇਂ ਨੰਬਰ ਹਾਂ ਨੀਚੇ ਤੋਂ ਜਮਾ ਛੇਵੇਂ ਨੰਬਰ ਕੀ ਹੈ ਹਾਂ
ਜਦਕਿ ਸੱਪ ਉਹਨਾਂ ਦੇ ਬਿਨਾਂ ਜ਼ਹਿਰ ਵਾਲਾ ਲੜਿਆ ਹੁੰਦਾ ਫਿਰ ਵੀ ਉਹ ਮਰ ਜਾਂਦੇ ਸੀ। ਅੱਛਾ ਅਗਰ ਬਿਨਾਂ ਜ਼ਹਿਰ ਤੋਂ ਹੋ ਗਿਆ ਚਲੋ ਵੀ ਜ਼ਹਿਰ ਵਾਲਾ ਸੱਪ ਲੜਦਾ ਫਿਰ ਕੀ ਕਰਨਾ? ਅੱਛਾ ਅਗਰ ਜ਼ਹਿਰ ਵਾਲਾ ਸੱਪ ਲੜਦਾ ਹੈਗਾ ਤਾਂ ਸਭ ਤੋਂ ਪਹਿਲਾਂ ਸੱਪ ਦੀ ਪਹਿਚਾਣ ਕਰਨੀ ਹੈ ਕਿ ਕਿਹੜਾ ਜ਼ਹਿਰ ਵਾਲਾ ਸੱਪ ਲੜਿਆ, ਸਪੈਕਟੇਕਲ ਕੋਬਰਾ ਲੜਿਆ ਜਾਂ ਕਰੇਟ ਲੜਿਆ ਹੈਗਾ। ਇਹੀ ਦੋ ਸੱਪ ਨੇ ਸਾਡੇ ਕੋਲ, ਉਹ ਦੋ ਸੱਪ ਹੈ ਜਿਹੜੇ ਉਹ ਬਾਹਰ ਹੁੰਦੇ ਆ ਸਾਡੇ ਇੱਥੇ ਬਠਿੰਡੇ ਦੇ ਵਿੱਚ, ਤਾਂ ਕਿਹੜਾ ਸੱਪ ਲੜਿਆ ਇਹਨਾਂ ਦੋਵਾਂ? ਉਹ ਸੱਪ ਦੀ ਪਹਿਚਾਣ ਕਰਨੀ ਹੈ, ਡਾਕਟਰ ਨੂੰ ਦੱਸਣਾ। ਜਿਹੜਾ ਬਠਿੰਡੇ ਜਿਹੜੇ ਦਾ ਸਰਕਾਰੀ ਸਿਵਲ ਹਸਪਤਾਲ ਹੈਗਾ ਉਹ 'ਚ ਜਾਵਾਂਗੇ ਤਾਂ ਫਰੀ ਇਲਾਜ ਹੋਊਗਾ, ਕਿਸੇ ਪ੍ਰਾਈਵੇਟ 'ਚ ਜਾਵਾਂਗੇ ਤਾਂ ਪੈਸੇ ਲੱਗ। ਡਾਕਟਰ ਨੂੰ ਮਿਲ ਕੇ ਉਸਨੂੰ ਦੱਸਣਾ ਵੀ ਸਾਡੇ ਫਲਾਨਾ ਸੱਪ ਲੜਿਆ, ਕਰੇਤ ਲੜਿਆ ਜਾਂ ਕੋਬਰਾ ਲੜਿਆ, ਤਾਂ ਉਹ ਕੀ ਕਰੂਗਾ? ਸਾਨੂੰ ਐਂਟੀਵੈਨਮ ਦੇਊਗਾ। ਅਸੀਂ ਕਿਤਾਬਾਂ 'ਚ ਪੜ੍ਹਿਆ ਵੀ ਜ਼ਹਿਰ ਨੂੰ ਜ਼ਹਿਰ ਮਾਰ ਪੜ੍ਹਿਆ ਨਾ, ਤਾਂ ਜਿਵੇਂ ਅਸੀਂ ਪੋਲੀਓ ਦੀਆਂ ਬੂੰਦਾਂ ਜਵਾਕਾਂ ਨੂੰ ਪਿਆਉਂਦੇ ਹੈਗੇ, ਉਹ ਕੀ ਹੁੰਦਾ? ਪੋਲੀਓ ਦੇ ਵਾਇਰਸ ਹੁੰਦੇ ਆ, ਉਹ ਸਾਡੀ ਬੋਡੀ ਦੇ ਅੰਦਰ ਚਲੇ ਜਾਂਦੇ ਆ, ਸਾਡੀ ਬੋਡੀ ਦੇ ਅੰਦਰ ਜਿਹੜੀ ਐਂਟੀਬੋਡੀਜ਼ ਹੁੰਦੀਆਂ ਉਸਨੂੰ ਮਾਰ ਦਿੰਦੀਆਂ, ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਅੱਗੇ ਤੋਂ ਵੀ ਇੱਦਾਂ ਦਾ ਵਾਇਰਸ ਆਊਗਾ ਤਾਂ ਅਸੀਂ ਉਹਨੂੰ ਕਿਵੇਂ ਮਾਰਦੇ। ਉਸੇ ਤਰੀਕੇ ਨਾਲ ਐਂਟੀਵੈਨਮ ਹੁੰਦਾ, ਸੱਪ ਦੇ ਜ਼ਹਿਰ ਨੂੰ ਸਾਡੀ ਬੋਡੀ ਦੇ ਅੰਦਰ ਇੰਜੈਕਟ ਕਰ ਦਿੱਤਾ ਜਾਂਦਾ, ਪਾ ਦਿੰਦੇ ਨੇਗੇ, ਉਸ ਨਾਲ ਕੀ ਹੁੰਦਾ ਸਾਡੀ ਬੋਡੀ ਦੇ ਅੰਦਰ ਐਂਟੀਬੋਡੀਜ਼ ਤਿਆਰ ਹੋ ਜਾਂਦੀ ਹੈ, ਅੱਗੇ ਤੋਂ ਵੀ ਜਦੋਂ ਸੱਪ ਲੜਦਾ ਤਾਂ ਉਹ ਆਪਣੇ ਆਪ ਜ਼ਹਿਰ ਨੂੰ ਖਤਮ ਕਰਨ ਦਾ ਹੌਸਲਾ ਰੱਖਦਾ। ਪਰ ਫਿਰ ਵੀ ਅਗਰ ਜ਼ਹਿਰ ਵਾਲਾ ਸੱਪ ਲੜਦਾ ਹੈ ਤਾਂ ਸਾਡੇ ਕੋਲ ਅੱਧੇ ਘੰਟੇ ਦਾ ਟਾਈਮ ਹੁੰਦਾ, ਅੱਧੇ ਘੰਟੇ ਦੇ ਵਿੱਚ ਅਸੀਂ ਹੋਸਪਿਟਲ 'ਚ ਜਾ ਕੇ ਡਾਕਟਰ ਨੂੰ ਦੱਸਣਾ ਹੈ ਕਿ ਸਾਡੇ ਆਹ ਸੱਪ ਲੜਦਾ। ਅਗਰ ਅਸੀਂ ਅੱਧੇ ਘੰਟੇ ਤੋਂ ਲੇਟ ਹੋ ਜਾਂਦੇ ਹਾਂ, ਕਿਸੇ ਝਾੜ ਫੂਕ ਦੇ ਚੱਕਰ 'ਚ ਪੈ ਜਾਂਦੇ ਹਾਂ, ਕਿਸੇ ਜੋ ਵੀ ਕੋਲ ਬਾਕੀ ਕੋਈ ਮੰਨਤਾਂ ਲਵਾਉਣ ਲੱਗ ਗਏ ਤਾਂ ਸਾਡੀ ਮੌਤ ਹੋ ਸਕਦੀ, ਸਮਝ ਗਏ? ਅਗਰ ਜ਼ਹਿਰ ਵਾਲਾ ਸੱਪ ਲੜੂਗਾ ਤਾਂ ਸਭ ਤੋਂ ਪਹਿਲਾਂ ਕੀ ਹੋਊਗਾ? ਪੇਟ ਦਰਦ ਹੋਣਾ ਸ਼ੁਰੂ ਹੋ ਜਾਊਗਾ, ਉਲਟੀਆਂ ਲੱਗ ਜਾਣਗੀਆਂ, ਉਸ ਤੋਂ ਬਾਅਦ ਸਾਨੂੰ ਸਾਹ ਆਉਣਾ ਔਖਾ ਹੋ ਜਾਊਗਾ, ਪੈਰਾਲਾਈਜ਼ ਹੋਣਾ ਸਟਾਰਟ ਹੋ ਜਾਊਗਾ, ਅੱਖ ਦੇ ਵਿੱਚ ਜਿਹੜਾ ਚਿੱਟਾ ਹਿੱਸਾ ਹੈ, ਚਿੱਟੇ ਦੇ ਵਿਚਾਲੇ ਕਾਲਾ ਹਿੱਸਾ ਜਿਹਨੂੰ ਅਸੀਂ ਡੇਲਾ ਜਾਂ ਆਇਰਿਸ ਕਹਿ ਦਿੰਦੇ ਹਾਂ, ਉਹ ਛੋਟਾ ਹੋਣਾ ਸ਼ੁਰੂ ਹੋ ਜਾਊਗਾ, ਛੋਟਾ ਹੋ ਕੇ ਬਿਲਕੁਲ ਛੋਟਾ ਜਿਹਾ ਰਹਿ ਜਾਊਗਾ, 1 mm ਦਾ ਸਿਰਫ, ਬਾਕੀ ਸਾਰੀ ਅੱਖ ਚਿੱਟੀ ਹੋ ਜਾਣੀ, ਦੇਖਣਾ ਬੰਦ ਹੋ ਜਾਊਗਾ, ਇੱਕ ਦੀ ਥਾਂ 'ਤੇ 4-5 ਜਾਣੇ ਦਿਖਣ ਲੱਗ ਜਾਣਗੇ, ਸਾਰੀ ਚੀਜ਼ ਐਂ ਘੁੰਮਣ ਲੱਗ ਜਾਊਗੀ। ਉਸ ਤੋਂ ਬਾਅਦ ਲਾਸਟ ਸਟੇਜ ਕੀ ਹੈਗੀ? ਜਦੋਂ ਸਾਨੂੰ ਲੱਗੂਗਾ ਕਿ ਸਾਡੇ ਗਲੇ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ, ਥੁੱਕ ਵੀ ਅੰਦਰ ਟਪਾਵਾਂਗੇ ਤਾਂ ਵੀ ਐਂ ਲੱਗੂਗੀ, ਬਹੁਤ ਬੁਰੇ ਤਰੀਕੇ ਨਾਲ ਅੰਦਰ ਜਾ ਰਿਹਾ। ਜਦੋਂ ਉਹ ਸਟੇਜ ਆ ਗਈ, ਜਦੋਂ ਸਾਹ ਸਾਡਾ ਇੱਥੇ ਮਤਲਬ ਘੁੱਟਣ ਲੱਗ ਗਿਆ, ਗਲਾ ਦਰਦ ਹੋਣ ਲੱਗ ਗਿਆ, ਉਹ ਲਾਸਟ ਸਟੇਜ ਹੈ, ਉਸ ਤੋਂ 5 ਮਿੰਟਾਂ ਬਾਅਦ ਮੌਤ, ਸਮਝ ਗਏ? ਅਗਰ ਜ਼ਹਿਰ ਵਾਲਾ ਸੱਪ ਲੜਦਾ ਹੈ ਤਾਂ ਸਭ ਤੋਂ ਪਹਿਲਾਂ ਹੋਸਪਿਟਲ ਜਾਣਾ ਅੱਧੇ ਘੰਟੇ ਦੇ ਅੰਦਰ। ਜਿਸ ਦੇ ਸੱਪ ਲੜਦਾ ਹੈ ਉਹਨੂੰ ਕਦੇ ਵੀ ਇਹ ਨਹੀਂ ਦੱਸਣਾ ਹੈਗਾ ਵੀ ਤੇਰੇ ਜ਼ਹਿਰ ਵਾਲਾ ਸੱਪ ਲੜਿਆ, ਕਿਉਂ? ਉਹ ਡਰ ਨਾਲ ਮਰ ਜੂਗਾ। ਜਦੋਂ ਜ਼ਹਿਰ ਵਾਲਾ ਸੱਪ ਲੜਦਾ ਹੈ ਤਾਂ BP ਨਹੀਂ ਵਧਣ ਦੇਣਾ, ਬਲੱਡ ਪ੍ਰੈਸ਼ਰ ਡਰ ਕੇ ਸਾਡਾ ਸਾਹ ਅਸੀਂ ਸਾਹ ਲੈਣ ਲੱਗ ਜਾਂਦੇ ਹਾਂ, ਜਾਂ ਭੱਜਣ ਦੀ ਕੋਸ਼ਿਸ਼ ਕਰਦੇ, ਭੱਜ ਕੇ ਫਟਾਫਟ ਹਸਪਤਾਲ ਵੱਲ। ਜਿੰਨਾ ਸਾਡਾ ਸਾਹ ਵੱਧ ਚੜੂਗਾ ਉੰਨੀ ਜਲਦੀ ਸਾਡੇ ਅੰਦਰ ਜ਼ਹਿਰ ਦਾ ਅਸਰ ਹੋਊਗਾ। ਕੋਬਰਾ ਕੀ ਕਰਦਾ ਹੈਗਾ? ਕੋਬਰੇ ਅੰਦਰ 2 ਜ਼ਹਿਰ ਹੁੰਦੇ, ਨਿਊਰੋਟੋਕਸਿਨ ਅਤੇ ਸਾਈਟੋਟੋਕਸਿਨ, ਉਹ ਜ਼ਹਿਰ ਸਾਡੇ ਅੰਦਰ ਇੰਜੈਕਟ ਕਰ ਦਿੰਦਾ, ਇੰਜੈਕਸ਼ਨ ਲਗਾ ਦਿੰਦਾ ਆਪਣੇ ਸੰਦਾਂ। ਕੋਬਰੇ ਦੰਦ ਇੱਦਾਂ ਹੁੰਦੇ, ਉਹਨਾਂ ਇੱਦਾਂ ਮੂੰਹ ਦਾ ਬੰਦ ਹੁੰਦਾ, ਜਦੋਂ ਮੂੰਹ ਉਹਨੇ ਬਾਈਟ ਕਰਨਾ ਸਾਇਆ ਮੂੰਹ ਖੋਲਿਆ, ਦੰਦ ਇੱਦਾਂ ਖੁੱਲ ਜਾਂਦੇ ਆ, ਸਾਡੇ ਬਾਈਟ ਕਰਦਾ, ਵਾਪਸ ਕੱਢ ਕੇ ਇੱਦਾਂ ਫੋਲਡ ਕਰਕੇ ਮੂੰਹ ਬੰਦ। ਜਿਹੜੇ ਆ ਦੰਦ ਦੇ ਉੱਪਰ ਨੇ ਇਹਨਾਂ ਨੂੰ ਕਹਿੰਦੇ ਫੈਂਗਸ, ਦੰਦਾਂ ਦੇ ਉੱਪਰ ਇੱਥੇ ਵੈਨਮ ਗਲੈਂਡ ਹੁੰਦੀ ਹੈ, ਪੋਟਲੀ ਹੁੰਦੀ ਹੈ ਜ਼ਹਿਰ ਵਾਲੀ, ਜਿਸ ਦੇ ਵਿੱਚ ਜ਼ਹਿਰ ਬਣਦੀ ਹੈ, ਉਹਦੇ ਉੱਪਰ ਅੱਖ ਹੁੰਦੀ ਹੈ। ਜਦੋਂ ਦੰਦ ਬਾਈਟ ਕਰਦਾ ਹੈ ਦੰਦਾਂ ਉੱਤੇ ਪ੍ਰੈਸ਼ਰ ਪੈਂਦਾ ਹੈ, ਪ੍ਰੈਸ਼ਰ ਦੇ ਨਾਲ ਉਹ ਪੋਟਲੀ ਖੁੱਲ ਜਾਂਦੀ ਹੈ ਅਤੇ ਉਹਦੇ ਵਿੱਚੋਂ ਜ਼ਹਿਰ ਰਿਲੀਜ਼ ਹੋ ਕੇ ਦੰਦਾਂ ਰਾਹੀਂ ਸਾਡੇ ਬਲੱਡ ਦੇ ਵਿੱਚ ਮਿਕਸ ਹੋ ਜਾਂਦਾ, ਮਿਕਸ ਹੁੰਦੇ ਸਾਰ ਸਾਡੇ ਖੂਨ ਨੂੰ ਜਮਾਉਣਾ ਸ਼ੁਰੂ ਕਰ ਦਿੰਦੇ, ਜੰਮ ਜਾਂਦਾ, ਜੈਲੀ ਬਣ ਜਾਂਦੀ, ਟੋਪੀਆਂ ਖਾਂਦੇ ਨਾ ਜੈਲੀ ਵਾਲੀਆਂ, ਉੱਦਾਂ ਦਾ ਹੋ ਜਾਂਦਾ ਸਾਡਾ। ਉਹ ਹੌਲੀ ਹੌਲੀ ਉਹ ਜਿਹੜੀ ਜ਼ਹਿਰ ਹੈ ਜਦੋਂ ਦਿਲ ਨੂੰ ਪਹੁੰਚਦੀ ਹੈ, ਦਿਲ ਪੰਪ ਕਰਨਾ ਬੰਦ ਕਰ ਦਿੰਦਾ ਹਾਰਟ ਨੂੰ, ਫਿਰ ਉਸ ਤੋਂ ਬਾਅਦ ਸਾਹ ਆਉਣਾ ਬੰਦ ਹੋ ਜਾਂਦਾ, ਫੇਫੜੇ ਛੋਟੇ ਹੋ ਜਾਂਦੇ, ਸੁੰਗੜ ਜਾਂਦੇ ਨੇ, ਤਾਂ ਉੱਥੋਂ ਮੌਤ ਹੋ ਜਾਂਦੀ। ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਚਾਉਂਦੇ ਹੋਏ ਇੱਕੋ ਹੀ ਸਟੈਪ ਹੈ ਸਾਡੇ ਕੋਲ, BP ਨਹੀਂ ਵਧਣ ਦੇਣਾ, ਆਪਣੇ ਆਪ ਨੂੰ ਨੋਰਮਲ ਰੱਖਣਾ। ਜਦੋਂ ਵੀ ਸੱਪ ਲੜਦਾ ਹੈ ਇਹ ਨਹੀਂ ਕਹਿਣਾ ਹੈਗਾ ਵੀ ਫਲਾਨਿਆਂ ਦੇ ਗੁਆਂਢੀਆਂ ਦੇ ਸੱਪ ਲੜ ਗਿਆ ਸੀਗਾ ਜੀ, ਉਹ 10 ਮਿੰਟਾਂ ਬਾਅਦ ਹੀ ਮਰ ਗਿਆ ਸੀ, ਤਾਂ ਜਿਹੜੇ ਬੰਦੇ ਲੜਿਆ ਹੁੰਦਾ ਉਹਨੂੰ ਵੀ ਇਹ ਲੱਗਣ ਲੈਂਦੇ ਵੀ ਉਹ ਮਰ ਗਿਆ ਸੀ ਤਾਂ ਮੈਂ ਵੀ 5 ਮਿੰਟ ਚਲੋ, ਠੀਕ ਹੈ? ਕੋਬਰਾ ਸੱਪ ਦਾ ਡੰਗੇ ਹੋਏ ਦਾ ਇਲਾਜ ਹੈਗਾ। ਅਗਰ ਕੋਬਰਾ ਸੱਪ ਲੜ ਜਾਂਦਾ ਹੈ ਤਾਂ ਅਸੀਂ ਉਹਦਾ ਇਲਾਜ ਕਰਵਾ ਸਕਦੇ ਹਾਂ, ਅੱਧੇ ਘੰਟੇ ਦੇ ਅੰਦਰ ਅੰਦਰ ਹੋਸਪਿਟਲ ਜਾ ਕੇ। ਮੇਰੇ 3 ਵਾਰੀ ਕੋਬਰਾ ਲੜਿਆ ਹੋਇਆ, ਮੈਂ ਜਿਉਂਦਾ ਖੜਿਆ, ਤਾਂ ਮੇਰੀ ਇੱਕ ਐਗਜ਼ਾਮਪਲ ਦੇ ਸਕਦੇ ਹੋ ਤੁਸੀਂ, ਸਮਝ ਗਏ? ਕਿਸੇ ਦੇ ਵੀ ਸੱਪ ਲੜਦਾ ਤਾਂ ਅਗਲੇ ਨੂੰ ਇਹ ਨਹੀਂ ਕਹਿਣਾ ਵੀ ਫਲਾਨੇ ਦਾ ਮਰ ਗਿਆ ਸੀਗਾ ਤੂੰ ਵੀ ਮਰ ਗਿਆ, ਇਹ ਨਹੀਂ ਕਹਿਣਾ, ਇਹ ਕਹਿਣਾ ਹੈਗਾ ਫਲਾਨੇ ਨੇ ਲੜਿਆ ਸੀਗਾ ਉਹ ਬਚ ਗਿਆ ਸੀ ਤਾਂ ਤੂੰ ਵੀ ਬਚ ਗਿਆ, ਠੀਕ ਹੈ ਜੀ? ਕਲੀਅਰ ਹੈ? ਕਿਸੇ ਨੇ ਕੋਈ ਕੁਐਸਚਨ ਪੁੱਟ ਕਰਨਾ ਨਹੀਂ ਕਰਨਾ ਜੀ ਸਰ?
ਦੋਨੋਂ ਹੀ ਛੱਡਦੀ ਹੈ। ਬਹੁਤ ਵਧੀਆ ਕੁਐਸਚਨ ਹੈ ਜਵਾਬ ਦਾ। ਆਹ ਜਿਹੜਾ ਦੋਨੋਂ ਹੀ ਹੈ ਕਾਮਨ ਸੈਟ ਹੋਊਗਾ, ਇਹ ਥੁੱਕ ਛੱਡਦਾ ਹੈ। ਅਗਰ ਇਹਦੇ ਉੱਪਰ ਪੈਰ ਰੱਖਿਆ ਜਾਵੇ ਜਾਂ ਬਾਈ ਚਾਂਸ ਉਸੇ ਦੇ ਵਿੱਚ ਅਸੀਂ ਕੋਲ ਦੀ ਲੰਘ ਰਹੇ ਹਾਂ ਤਾਂ ਇਹ ਆਪਦਾ ਥੁੱਕ ਹੈ ਜਿਹੜਾ ਸਪਿਟ ਕਰ ਦਿੰਦਾ ਹੈ, ਉਹਦੇ ਉੱਪਰ ਛੱਡ ਦਿੰਦਾ। ਉਹਦੇ ਨਾਲ ਹੁੰਦਾ ਕੀ ਹੈਗਾ, ਅਗਰ ਅਸੀਂ ਕੱਪੜੇ ਪਾਏ ਹੋਏ ਆ ਪੈਂਟ ਦੇ ਉੱਪਰ ਦੀ ਵੀ ਉਸਨੇ ਆਪਦਾ ਥੁੱਕ ਸਿੱਟਤਾ, ਉਹ ਥੋੜ੍ਹਾ ਜਿਹਾ ਵੀ ਸਾਡੇ ਮਾਸ ਦੇ ਨਾਲ ਲੱਗ ਗਿਆ ਤਾਂ ਹਰ ਬਰਸਾਤੀ ਸੀਜ਼ਨ ਦੇ ਵਿੱਚ ਜਦੋਂ ਵੀ ਮੀਂਹ ਪਿਆ ਕਰਨਗੇ ਉਹਨਾਂ ਦੇ ਵਿੱਚ ਇਹਦਾ ਜਿਹੜਾ ਬੈਕਟੀਰੀਆ ਉਹ ਐਕਟਿਵ ਹੋ ਜਾਂਦਾ, ਐਕਟਿਵ ਹੋ ਕੇ ਅੱਗੇ ਦੀ ਅੱਗੇ ਵਧਣਾ ਸ਼ੁਰੂ ਹੋ ਜਾਂਦਾ। ਸਾਡੇ ਸਰੀਰ ਦੇ ਉੱਪਰ ਕਿਸੇ ਵੀ ਹਿੱਸੇ ਦੇ ਉੱਪਰ ਛਾਲੇ ਹੋਏ ਸ਼ੁਰੂ ਹੋ ਜਾਂਦੇ, ਪਹਿਲਾਂ ਛੋਟਾ ਜਿਹਾ ਹੋਊਗਾ ਵੱਡੇ ਹੁੰਦੇ ਹੋਊਗੇ, ਵੱਡੇ ਹੋ ਕੇ ਪਾਣੀ ਅਤੇ ਖੂਨ ਦੋਹਾਂ ਦੇ ਮਿਕਸ ਹੋ ਕੇ ਛਾਲਿਆਂ ਦੇ ਚਿੱਟਾ ਰੰਗ ਬਣ ਜਾਂਦਾ। ਉਸ ਤੋਂ ਬਾਅਦ ਵੱਡੇ ਹੋ ਕੇ ਜਦੋਂ ਉਹਨਾਂ ਦਾ ਮਾਸ ਆ ਸਾਡਾ ਉਸਨੂੰ ਪਕੜ ਖਤਮ ਹੋ ਜਾਂਦੀ ਹੈ ਜਾਂ ਕੰਟਰੋਲ 'ਚ ਨਹੀਂ ਰਹਿੰਦਾ, ਉਹ ਫੁੱਟ ਜਾਂਦਾ। ਛਾਲਾ ਫੁੱਟਣ ਤੋਂ ਬਾਅਦ ਜਿੰਨੀ ਜਗ੍ਹਾ ਉੱਤੇ ਉਹ ਛਾਲੇ ਦਾ ਪਾਣੀ ਇੱਧਰ ਉੱਧਰ ਡੁੱਲ ਗਿਆ ਉਹਦੀ ਉਹਦੀ ਜਗ੍ਹਾ ਤੋਂ ਮਾਸ ਗਲ ਜਾਂਦਾ, ਗਲਣ ਤੋਂ ਬਾਅਦ ਮਾਸ ਦੁਬਾਰਾ ਨਹੀਂ ਹੁੰਦਾ, ਹੱਡੀਆਂ ਬਾਹਰ ਆ ਜਾਂਦੀਆਂ। ਸੋ ਕੋਈ ਵੀ ਸੱਪ ਹੈਗਾ ਅਗਰ ਤੁਹਾਡੇ ਘਰ ਦੇ ਵਿੱਚ ਆਉਂਦਾ ਹੈਗਾ ਤਾਂ ਤੁਸੀਂ ਸਿੰਪਲ ਇੱਕੋ ਗੱਲ ਦਾ ਧਿਆਨ ਰੱਖਣਾ ਹੈ ਕਿ ਜਦੋਂ ਸੱਪ ਆ ਗਿਆ ਕਿੱਥੇ ਬੈਠਾ ਸਿਰਫ ਉਹਦੀ ਨਿਗਾਹ ਰੱਖਣੀ ਹੈ, ਉਹਨੂੰ ਛੇੜਨਾ ਨਹੀਂ ਹੈ ਬਿਲਕੁਲ ਵੀ। ਇੱਕ ਬੰਦੇ ਨੂੰ ਪੱਕੇ ਤੌਰ 'ਤੇ ਉਸੇ ਥਾਂ 'ਤੇ ਖੜਾ ਦੇਣਾ ਵੀ ਇਹਦੀ ਨਿਗਾਹ ਰੱਖ ਵੀ ਸੱਪ ਇੱਥੇ ਬੈਠਾ। ਇੰਨੀ ਦੇਰ 'ਚ ਚਾਹੇ ਮੈਨੂੰ ਕਾਲ ਕਰ ਦਿਓ ਜਾਂ ਜਿਹਨੂੰ ਵੀ ਤੁਸੀਂ ਪਸੰਦ ਕਰਦੇ ਉਹਨੂੰ ਕਾਲ ਕਰ ਦਿਓ ਵੀ ਆ ਕੇ ਸਾਡੇ ਘਰ ਇਸ ਥਾਂ 'ਤੇ ਸੱਪ ਬੈਠਾ ਤਾਂ ਉਹ ਅੱਗ ਫੜ ਕੇ ਲੈ, ਸਮਝ ਗਏ ਜੀ। ਤਾਂ ਮੇਰਾ ਜਿਹੜਾ ਨੰਬਰ ਹੈਗਾ ਉਹ ਆ ਹੈ 95-388-78-078। ਆਹ ਮੇਰਾ ਯੂਟਿਊਬ ਦਾ ਚੈਨਲ ਹੈਗਾ, ਘਰ ਜਾ ਕੇ ਇਸ ਤੋਂ ਯੂਟਿਊਬ ਦੇ ਉੱਤੇ ਜੋ ਸਰਚ ਕਰੋਗੇ ਤਾਂ ਮੇਰਾ ਚੈਨਲ ਮਿਲ ਜੂਗਾ। ਉਹਦੇ ਵਿੱਚ ਜਿੰਨੇ ਵੀ ਅੱਜ ਤੱਕ ਮੈਂ ਸੱਪ ਫੜੇ ਉਹ ਸਾਰਿਆਂ ਦੀਆਂ ਵੀਡੀਓਜ਼ ਪਾਈਆਂ ਹੋਈਆਂ ਨੇ, ਨਾਲ ਦੱਸਿਆ ਹੋਇਆ ਕਿ ਕਿਹੜਾ ਸੱਪ ਹੈ, ਜ਼ਹਿਰ ਵਾਲਾ ਹੈ, ਬਿਨਾਂ ਜ਼ਹਿਰ ਤੋਂ ਹੈ, ਕਿਵੇਂ ਫੜਿਆ ਹੈਗਾ, ਕਿੱਥੋਂ ਫੜਿਆ, ਸਭ ਕੁਛ ਤਾਂ ਤੁਸੀਂ ਉੱਥੋਂ ਦੇਖ ਸਕਦੇ। ਤਾਂ ਜਦੋਂ ਚੈਨਲ ਨੂੰ ਖੋਲੋਗੇ ਤਾਂ ਸਬਸਕ੍ਰਾਈਬ, ਠੀਕ ਹੈ ਜੀ। ਹੋਰ ਕਿਸੇ ਦਾ ਕੋਈ, ਹਾਂਜੀ ਸੋਰੀ, ਜਦੋਂ ਸੱਪ ਦਾ ਸਿਰ ਵੱਢ ਦਿੰਦੇ ਹਾਂ ਅਸੀਂ ਉਸ ਤੋਂ ਬਾਅਦ ਫਿਰ ਉਹ ਬਾਈਟ ਕਰ ਸਕਦਾ, ਕਿਉਂਕਿ ਜ਼ਹਿਰ ਉਹਦੀ ਅੱਖ ਦੇ ਨੀਚੇ ਹੁੰਦਾ। ਸੱਪ ਦੇ ਸਿਰ ਦੇ ਵਿੱਚ ਜ਼ਹਿਰ ਹੁੰਦੀ ਹੈ, ਉਹਦੀ ਬਾਡੀ ਦੇ ਵਿੱਚ ਜ਼ਹਿਰ ਨਹੀਂ। ਤਾਂ ਜਦੋਂ ਅਸੀਂ ਸੱਪ ਦਾ ਸਿਰ ਵੱਢ ਦਿੰਦੇ ਹਾਂ ਤਾਂ ਸੱਪ ਦੇ ਸਿਰ ਨੂੰ ਵੱਢੇ ਹੋਏ ਨੂੰ, ਜਿਵੇਂ ਅਸੀਂ ਛਿਪਕਲੀ ਦਾ ਛਿਪਕਲੀ ਨੂੰ ਪੂਛ ਤੋੜ ਦਿੰਦੇ ਹਾਂ ਛਿਪਕਲੀ ਦੀ, ਜਾਂ ਛਿਪਕਲੀ ਆਪਣੀ ਪੂਛ ਛੱਡ ਕੇ ਭੱਜ ਜਾਂਦੀ ਹੈ, ਦੇਖੀਏ ਤਾਂ ਪੂਛ ਉਹ ਹਿਲਦੀ ਰਹਿੰਦੀ ਹੈ ਕੁਛ ਟਾਈਮ ਤੱਕ, ਉਹ ਵੀ ਸੱਪ ਹੁੰਦਾ ਹੈਗਾ। ਸੱਪ ਵੀ ਕਈ ਵਾਰੀ ਆਪਣੀ ਪੂਛ ਛੱਡ ਕੇ ਭੱਜ ਜਾਂਦੇ, ਜਾਂ ਸੱਪ ਦਾ ਜਦੋਂ ਸਿਰ ਵੱਢਤਾ ਤਾਂ ਸਿਰ ਘੱਟੋ ਘੱਟ 15-20 ਮਿੰਟ ਜਿਉਂਦਾ ਰਹਿੰਦਾ। ਅਗਰ ਉਸ ਵਕਤ ਵੀ ਉਸਨੇ ਬਾਈਟ ਕਰਤੀ ਤਾਂ ਉਹ ਇਨਸਾਨ ਨੂੰ ਮਾਰ ਸਕਦਾ। ਹੋਰ ਕੁਛ ਜੇ ਤੇਰੇ ਦੰਦ ਕੱਢ ਦਿੱਤੇ ਜਾਂ ਤੂੰ ਰੋਟੀ ਖਾਏਗਾ। ਜੋਗੀ ਜਿਹੜੇ ਹੁੰਦੇ ਨੇਗੇ, ਜੋਗੀ ਕੀ ਕਰਦੇ ਹੈਗੇ, ਸੱਪਾਂ ਨੂੰ ਫੜ ਕੇ ਲੈ ਜਾਂਦੇ ਆ, ਉਹਦੇ ਦੰਦ ਤੋੜ ਦਿੰਦੇ ਨੇ, ਜਿੱਥੇ ਜ਼ਹਿਰ ਬਣਦੀ ਹੈ ਉਹ ਜ਼ਹਿਰ ਵਾਲਾ ਜਿਹੜਾ ਲੈਂਡ ਹੁੰਦਾ ਉਹਨੂੰ ਸਾੜ ਦਿੰਦੇ ਨੇਗੇ, ਲੋਹੇ ਦੀ ਸਰੀਆ ਲੈ ਜਾਂਦੇ ਉਹਨੂੰ ਗਰਮ ਕਰਦੇ ਆ, ਗਰਮ ਕਰਕੇ ਉਹਦੇ ਮੂੰਹ 'ਚ ਪਾ ਕੇ ਉਹਦੇ ਜਿਹੜੇ ਗਲੈਂਡਸ ਹੁੰਦੇ ਨੇਗੇ ਜਿੱਥੇ ਜ਼ਹਿਰ ਬਣਦੀ ਉਹਨਾਂ ਨੂੰ ਸਾੜ ਦਿੰਦੇ ਆ। ਉਦੋਂ ਬਾਅਦ ਸੱਪ ਕੁਛ ਨਹੀਂ ਕਰ ਪਾਉਂਦਾ, ਮੇਲਿਆਂ 'ਚ ਲਿਆਉਂਦੇ ਆ ਸੱਪ ਨੂੰ ਇੱਦਾਂ ਫੜ ਕੇ ਚੱਕ ਕੇ ਦਿਖਾਉਂਦੇ ਨੇ, ਪੈਸੇ ਕਮਾਉਂਦੇ ਆ। ਘਰੇ ਜਾ ਕੇ ਕੀ ਕਰਦੇ ਨੇ, ਛੋਟਾ ਜਿਹਾ ਮਾਸ ਦਾ ਪੀਸ ਟੁਕੜਾ ਲੈਂਦੇ ਆ, ਚਿਕਨ ਵਾਲਿਆਂ ਤੋਂ ਜਾਂ ਮੱਛੀ ਦਾ ਲੈ ਲਿਆ ਪੀਸ ਲਿੱਤਾ ਮਾਸ ਦਾ, ਸੱਪ ਦਾ ਮੂੰਹ ਜ਼ਬਰਦਸਤੀ ਖੋਲਦੇ ਆ, ਚਿਮਟੀ ਨਾਲ ਉਹਦੇ ਮਾਸ ਨੂੰ ਗਲੇ ਨੂੰ ਇੱਥੋਂ ਤੱਕ ਟਪਾ ਦਿੰਦੇ, ਉਹ ਉਸਨੂੰ ਸੱਪ ਨੂੰ ਉਹ ਅੰਦਰ ਖੜਾ ਪਿਆ, ਉਹ ਸਾਪ ਤਾਂ ਉਵੇਂ ਅੰਦਰ ਉਹਦੇ ਚਲਾ ਗਿਆ। ਉਸ ਤੋਂ ਬਾਅਦ ਕੀ ਹੁੰਦਾ ਹੈਗਾ, 2-3 ਮਹੀਨੇ ਸੱਪ ਜਿੰਨੀ ਦੇਰ ਆਪਦਾ ਜਿਉਂਦਾ ਰਹਿ ਸਕਦਾ ਬਿਨਾਂ ਖਾਧੇ ਪੀਤੇ, ਉਹਦਾ ਜਿਉਂਦਾ ਰਹਿੰਦਾ। ਜਦੋਂ ਮੇਲਾ ਮੁੱਕ ਜਾਂਦਾ ਹੈਗਾ ਜੋ ਵੀ ਉਹ ਸੱਪ ਨੂੰ ਦੇਖ ਲੈਂਦੇ ਵੀ ਮਰਨ ਵਾਲਾ ਹੋ ਗਿਆ, ਉਹਨੂੰ ਛੱਡ ਦਿੰਦੇ। ਅਗਰ ਹੁਣ ਉਸਦੇ ਦੰਦ ਤਾਂ ਉਹਨਾਂ ਨੇ ਤੋੜਤੇ ਸੀਗੇ, ਦੰਦ ਹੈ ਨਹੀਂ ਸੱਪ ਦੇ ਮੂੰਹ ਦੇ ਵਿੱਚ, ਉਹ ਸ਼ਿਕਾਰ ਕਰ ਨਹੀਂ ਸਕਦਾ, ਖਾ ਪੀ ਨਹੀਂ ਸਕਦਾ ਕੁਛ, ਤਾਂ ਉਦੋਂ ਬਾਅਦ ਕੀ ਹੁੰਦਾ ਸੀ, ਮੈਂ ਕਦੇ ਵੀ ਜੋਗੀਆਂ ਨੂੰ ਨਹੀਂ ਬੁਲਾਉਣਾ ਸੱਪ ਨੂੰ ਫੜਨ ਵਾਲਾ, ਉਹ ਸੱਪ ਨੂੰ ਮਾਰ ਦਿੰਦਾ, ਠੀਕ ਹੈ ਜੀ। ਹੋਰ ਕੁਛ ਨਹੀਂ ਜੀ, ਕੁਛ ਨਹੀਂ ਕਰਦਾ। ਇੱਕ ਕਹਿੰਦੇ ਨੇ ਵੀ ਸੱਪ ਦੀ ਜਿਹੜੀ ਕੰਜ ਹੁੰਦੀ ਹੈ ਸੱਪ ਦੀ ਜਿਹੜੀ ਕੰਜ ਹੁੰਦੀ ਹੈ ਉਹਨੂੰ ਕਹਿੰਦੇ ਵੀ ਅੱਖਾਂ ਦੇ ਨਾਲ ਉਹਦੀ ਨਿਗਾਹ ਪੂਰੀ ਹੋ ਜਾਂਦੀ ਹੈ।
ਮੇਰੇ ਸੱਪ ਦਾ ਸੱਪ ਦੀ ਆਪਦੀ ਨਿਗਾਹ ਜਿਵੇਂ ਮੰਨ ਲਓ ਮੈਂ ਇੱਥੇ ਖੜਾ ਹੈਗਾ ਇਸ ਜਗ੍ਹਾ ਤੇ ਸੱਪ ਹੈਗਾ ਸਾਹਮਣੇ ਜਿਹੜਾ ਖੰਭਾ ਹੈਗਾ ਮੇਰੇ ਤੋਂ ਤਕਰੀਬਨ 10 ਫੁੱਟ ਦੀ ਦੂਰੀ ਤੇ ਹੈ ਇੰਨੀ ਕਿ ਸੱਪ ਦੀ ਨਿਗਾਹ ਸੱਪ ਇੰਨੀ ਕਿ ਦੂਰ ਹੀ ਦੇਖ ਸਕਦਾ ਇਸ ਤੋਂ ਬਾਅਦ ਉਹ ਸੱਪ ਦੇਖ ਨਹੀਂ ਸਕਦਾ ਜਿਸ ਸੱਪ ਦੀ ਆਪਦੀ ਨਿਗਾਹ ਇੰਨੀ ਕਿ ਹੈ ਉਹ ਤੁਹਾਡੀ ਕਿਵੇਂ ਪੂਰੀ ਕਰ ਸਕਦਾ ਨਹੀਂ ਕਰ ਸਕਦਾ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਮਨ ਘੜਨ ਦੇ ਲੋਕਾਂ ਦੀਆਂ ਬਣਾਈਆਂ ਹੋਈਆਂ ਨੇ ਸਾਡੇ ਬਜ਼ੁਰਗ ਸੀਗੇ ਉਹ ਇਹੋ ਜਿਹੀਆਂ ਗੱਲਾਂ ਸਾਨੂੰ ਕਹਿ ਕੇ ਆਪ ਮਰ ਕੇ ਅਸੀਂ ਹੁਣ ਉਹ ਗੱਲਾਂ ਨੂੰ ਚਲਾਈ ਜਾਂਦੇ ਸੋ ਇਹਨਾਂ ਗੱਲਾਂ ਦੇ ਵਿੱਚ ਨਹੀਂ ਪੈਣਾ ਸੱਪ ਨੂੰ ਕੁੱਟ ਮਾਰ ਕੇ ਉਹਦੇ ਸਿਰ ਦੇ ਵਿੱਚੋਂ ਸੁਰਮਾ ਬਣਦਾ ਹੈ ਕੋਈ ਸੁਰਮਾ ਨਹੀਂ ਬਣਦਾ ਤੋਂ ਤਾਂ ਪਹਿਲਾਂ ਮੈਨੂੰ ਕਾਪੀ ਤੇ ਸੱਪ ਦੀ ਕੱਜ ਕਿਸੇ ਕੰਮ ਨਹੀਂ ਆਉਂਦੀ ਕਹਿੰਦੇ ਵੀ ਸੱਪ ਦੀ ਕੱਜ ਕਰੇ ਜਾਂਦੇ ਜੀ ਪੈਸਾ ਬਹੁਤ ਜ਼ਰੂਰੀ ਕਿ ਠੀਕ ਹੈ ਵਾਚਮੈਨ ਮੇਰੇ ਘਰੇ ਘੱਟੋ ਘੱਟ 10 12 ਸੱਪਾਂ ਦੀਆਂ ਕੰਨਾਂ ਮੇਰਾ ਘਰ ਉਹ ਵੀ ਛੋਟਾ ਹੈ ਬਸ ਮੈਂ ਜ਼ਿਆਦਾ ਟਾਈਮ ਨਹੀਂ ਮੈਂ ਮੈਂ ਤੁਹਾਡੇ ਗਰੁੱਪਸ ਦੇ ਵਿੱਚ ਜਿਹੜਾ ਤੁਹਾਡਾ ਬੱਚਾ ਦਾ ਗਰੁੱਪ ਹੈ ਉਹਦੇ ਵਿੱਚ ਆਪਦਾ ਮੈਸੇਜ ਭੇਜ ਦੂੰਗਾ ਸਰ ਭੇਜ ਦੇਣਗੇ ਹੋਰ ਸਰ ਮੈਸੇਜ ਨੂੰ ਭੇਜ ਦੇਣਗੇ ਉੱਥੇ ਲਿੰਕ ਲਿਖਿਆ ਹੋਇਆ ਉਸ ਲਿੰਕ ਦੇ ਉੱਤੋਂ ਫੋਲੋ ਕਰ ਦੇਣਗੇ ਠੀਕ ਹੈ ਰੌਲਾ ਨਾਮ ਪਾਓ ਪੈਨ ਨੰਬਰ ਨਾਮ ਜਮਾਨਤ ਨਹੀਂ ਹੁੰਦੀ ਪੜ੍ਹ ਕੇ ਅੰਦਰ ਕਰ ਸਕਦੇ ਮਤਲਬ ਕਿ